धन गुरु दशमेश हाथ बन बदला साधी धन गुरु दशमेश जिन्ना पटने अंदर आलोण कालाइया जिन्ना पटने दे विच आलोण कालाइया Thank you.
ਮਾਸੀ ਜੀ ਤੇ ਮਾਮਾ ਚੱਲ ਕੇ ਪਾਲ ਨੂੰ ਸਾਰੇ ਸੋਭਾ ਸੁਣ ਕੇ ਦਿੰਦੇ ਆਣ ਵਧਾਈਆਂ ਸਾਰੇ ਸੋਭਾ ਸੁਣ ਕੇ ਦਿੰਦੇ ਆਣ ਵਧਾਈਆਂ लगे बिच दीवान लगे बिच दीवान सतगुरु शोभा पाते ने डाडी थोदर पुरिए आड़ घोड़िया गाइया ਸੱਜਿਆ ਦੀਵਾਨ ਅੱਜ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਪ੍ਰਕਾਸ਼ ਦਿਹਾੜੇ ਦੀ ਖੁਸ਼ੀ ਅੰਦਰ ਪਿੰਡ ਕਾਨਵਣ ਵਿਖੇ ਚੌਧਰਪੁਰੀਏ ਢਾਡੀ ਸਿੰਘਾਂ ਨੂੰ ਵਾਰਾਂ ਲਈ ਬੁਲਾਇਆ ਏ ਬੈਠੇ ਨੇ ਪੰਡਾਲ ਵਿੱਚ ਸੋਭਾ ਸਾਰੇ ਪਾਵਦੇ ਨੇ ਹਰ ਇੱਕ ਉੱਤੇ ਚੜ੍ਹੀ ਨਾਮ ਵਾਲੀ ਛਾਇਆ ਏ ਗੁਰੂ ਗੁਰੂ ਜਪਦਿਆਂ ਸਮਾਂ ਜਿਹੜਾ ਲੰਘ ਜਾਵੇ ਉਹੀ ਵੇਲਾ ਭਾਗਾਂ ਵਾਲਾ ਗੁਰਾਂ ਫਰਮਾਇਆ ਏ ਕੀਤਾ ਪ੍ਰਬੰਧ ਸੋਹਣਾ ਗੁਰੂ ਦੇ ਪਿਆਰਿਆਂ ਨੇ ਤਿਲ ਫੁੱਲ ਯੋਗਦਾਨ ਸਾਰਿਆਂ ਨੇ ਪਾਇਆ ਏ ਸੰਗਤਾਂ ਦੀ ਸੇਵਾ ਲਈ ਤਨ ਮਨ ਲਾ ਦਿੱਤਾ 36 ਪ੍ਰਕਾਰਾਂ ਵਾਲਾ ਲੰਗਰ ਲਗਾਇਆ ਏ ਸੇਵਾ ਨਾਲ ਮੇਵਾ ਲੱਗੇ ਕਰਕੇ ਕੋਈ ਵੇਖ ਲਵੇ ਲੰਘਿਆ ਵੇਲਾ ਕਦੇ ਹੱਥ ਵੀ ਨਾ ਆਇਆ ਏ ਚੰਗੇ ਭਾਗਾਂ ਨਾਲ ਹੈ ਜੀ ਸੇਵਾ ਹੈ ਨਸੀਬ ਹੁੰਦੀ ਬਾਣੀ ਵਿੱਚ ਗੁਰਾਂ ਸਾਨੂੰ ਇੰਜ ਫਰਮਾਇਆ ਏ ਉਹ ਬੰਦੇ ਕਰ ਬੰਦਗੀ ਤੇ ਬੰਦਾ ਬਣ ਰੱਬ ਦਾ ਤੂੰ ਜਿਹੜੇ ਕੰਮ ਵਾਸਤੇ ਹੈ ਉਸ ਨੇ ਕਲਾਇਆ ਏ ਸਤਨਾਮ ਜਪਣਾ ਤੇ ਵੰਡ ਕੇ ਛਕਣਾ ਗੁਰੂ ਦੇ ਪਿਆਰਿਆਂ ਦੇ ਹਿੱਸੇ ਵਿੱਚ ਆਇਆ ਏ ਪੜ੍ਹ ਕੇ ਤੇ ਸੁਣ ਕੇ ਵਿਚਾਰ ਕੇ ਹੈ ਪਤਾ ਲੱਗੂ ਗੁਰੂ ਦੇ ਪਿਆਰਿਆਂ ਨੇ ਕਿਵੇਂ ਰੱਬ ਪਾਇਆ ਏ ਆ ਵੱਖਰਾ ਹੈ ਦੁਨੀਆਂ ਚੋਂ ਸਿੱਖ ਇਤਿਹਾਸ ਸਾਡਾ ਨਾਲ ਕੁਰਬਾਨੀਆਂ ਦੇ ਸਿੰਜ ਕੇ ਬਣਾਇਆ ਏ ਸਾਧੂ ਅਤੇ ਸੰਤਾਂ ਤੇ ਭਗਤਾਂ ਪਿਆਰਿਆਂ ਨੇ ਸੂਰਮਿਆਂ ਤੇ ਦਾਨੀਆਂ ਨੇ ਯੋਗਦਾਨ ਪਾਇਆ ਏ ਢਾਡੀਆਂ ਨੇ ਦੱਸਣਾ ਹੈ ਸੁਣਿਓ ਪਿਆਰ ਨਾਲ ਵੀਰ ਰਸ ਗਾਉਣਾ ਸਾਡੇ ਹਿੱਸੇ ਵਿੱਚ ਆਇਆ ਏ ਆਓ ਸਾਰੇ ਰਲ ਮਿਲ ਗੱਜ ਕੇ ਬੁਲਾਈਏ ਫਤਿਹ ਭਾਗਾਂ ਵਾਲਾ ਸਮਾਂ ਸਾਡੇ ਕਰਮਾਂ 'ਚ ਆਇਆ ਏ ਬੈਠੋ ਸੱਜ ਕੇ ਬੋਲੋ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਧੰਨਵਾਦ ਆ ਸਮੂਹ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਆ ਪ੍ਰਬੰਧਕ ਜਨ ਵੀਰਾਂ ਦਾ ਜਿਨ੍ਹਾਂ ਨੇ ਬੜਾ ਵੱਡਾ ਉਪਰਾਲਾ ਕੀਤਾ 10 ਦੇ ਨਿਮਾਣੇ ਜੇ ਜਥੇ ਨੂੰ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦੇ ਪ੍ਰਥਾਏ ਵੀ ਯਾਦ ਕੀਤਾ ਸੀ ਅਸੀਂ ਸਾਹਿਬਜ਼ਾਦਿਆਂ ਦੀ ਸ਼ਹੀਦੀ ਦੇ ਪ੍ਰਥਾਏ ਵੀ ਆਪ ਰੱਬ ਵਰਗੀਆਂ ਸੰਗਤਾਂ ਦੇ ਦਰਸ਼ਨ ਕਰਨ ਵਾਸਤੇ ਆਏ ਸੀ ਅੱਜ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦਾ ਪ੍ਰਕਾਸ਼ ਦਿਹਾੜਾ ਜਿੱਥੇ ਸਾਰਾ ਸੰਸਾਰ ਮਨਾ ਰਿਹਾ ਕੋਈ 5 ਤਰੀਕ ਨੂੰ ਮਨਾ ਰਿਹਾ ਕੋਈ 20 ਤਰੀਕ ਨੂੰ ਮਨਾ ਰਿਹਾ ਪਰ ਅੱਜ ਕਨਵਣ ਦੀ ਸੰਗਤ 11 ਤਰੀਕ ਨੂੰ ਮਨਾ ਰਹੀ ਹੈ ਬੜੀਆਂ ਵੱਡੇ ਭਾਗਾਂ ਵਾਲੀਆਂ ਸੰਗਤਾਂ ਨੇ ਆਪਣੇ ਦਿੱਤੇ ਹੋਏ ਸਮੇਂ ਦੇ ਵਿੱਚੋਂ ਸਮਾਂ ਕੱਢ ਕੇ ਸਮੇਂ ਨਾਲ ਗੁਰੂ ਘਰ ਦੇ ਵਿੱਚ ਆਪਣੇ ਸਮੇਂ ਨੂੰ ਕੀਮਤੀ ਬਣਾਉਣ ਵਾਸਤੇ ਪਹੁੰਚ ਚੁੱਕੀਆਂ ਨੇ 10 ਦੇ ਨਿਮਾਣੇ ਦੇ ਜਥੇ ਨੂੰ ਦਿੱਤੇ ਹੋਏ ਸਮੇਂ ਦੇ ਵਿੱਚੋਂ ਕੁਝ ਸਮਾਂ ਕੁਝ ਮਿੰਟ ਬਤੀਤ ਹੋ ਗਏ ਨੇ ਰਹਿੰਦੇ ਸਮੇਂ ਦੇ ਵਿੱਚ ਰਹਿ ਕੇ ਜੋ ਮਜ਼ਬੂਨ ਬਾਰੇ ਹੁਕਮ ਹੋਇਆ ਅੱਜ ਰਾਤ ਦੇ ਵੀ ਦੀਵਾਨ ਨੇ ਤੇ ਅੱਜ ਦਿਨ ਦੇ ਵੀ ਦੀਵਾਨ ਨੇ ਹੁਕਮ ਹੋਇਆ ਕਿ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਪ੍ਰਕਾਸ਼ ਦਿਹਾੜੇ ਦੇ ਵਿੱਚੋਂ ਹੀ
आप जी दे नाल मजबून सांझा करना। सो गुरु कृपा करे बेअंत संगता गुरु ग्रंथ साहब सच्चे पातशाह जी की गोद सड़ के बैठिया हुई ने। मैं सारे नगर की चढ़ती कला वास्ते, संगतां की चढ़ती कला वास्ते, प्रबंधक जन वीर की चढ़ती कला वास्ते, मेरे वीर गुरविंदर सिंह जी जलंधर तो जो टैलीकास्ट कर रहे हैं गुरबाणी चैनल के उत्ते, इन्हां दी भी चढ़ती कला वास्ते मैं सारी संगत की अरदास करा। एक बारी सारी संगत अरदास करिए, गज वज के कहिए नानक नाम चढ़ती कला तेरे भाणे सरबत दा भला। आओ तन करके इत्थे बैठे रहिए ते मन करके अपनियां बिरतियां पटने दी पावन पवित्र धरती दे उत्ते लै चलिए, जिथे गुरु गोबिंद सिंह सच्चे पातशाह जी का अवतार धारना होया। एक गल नोट करियो, दस पातशाहियां दे विचों एक पातशाही गुरु गोबिंद सिंह सच्चे पातशाह जी, जिन्हां दा अवतार धारना पंजाब तो बाहर दी स्टेट दे विच होया। की कारण बनिया कि बाहर दी स्टेट दे विच गुरु गोबिंद सिंह सच्चे पातशाह जी का अवतार धारना होया, केड़ी धरती ते होया? पावन पवित्र धरती अज उस शहर नूं गुरु गोबिंद सिंह सच्चे पातशाह जी के नाम नाल याद किया जाता, पटने की पावन पवित्र धरती। यह पटना शहर किन्ना वसाया, यह मेरा मजबून है। की कारण बनिया कि गुरु गोबिंद सिंह सच्चे पातशाह जी का अवतार धारना पटने की धरती के उत्ते होया? यह मजबून नूं मैं मुख रखदा होया आप जी दे नाल मैं इतिहास सांझा करन लगा। नौ पातशाहियां दे अवतार धारने पंजाब की धरती ते होए ने। जिस तरह साडा अज गवांडी मुल्क है पाकिस्तान की, वह पावन पवित्र धरती जिस नगर का नाम सी राय भोए की तलवंडी, अज उस स्थान का नाम है ननकाणा साहिब, जिथे गुरु नानक पातशाह जी का अवतार धारना होया। गुरु अंगद देव सच्चे पातशाह जी का अवतार धारना होया पंजाब की धरती मत्ते की सराय। गुरु अमरदास सच्चे पातशाह जी बासर के पावन पवित्र धरती है। गुरु रामदास सच्चे पातशाह जी चूना मंडी लाहौर। गुरु अर्जन देव सच्चे पातशाह जी गोइंदवाल साहब की पावन पवित्र धरती, जिन्हों सिखी का तुरा कहा जाता है। गुरु हरगोबिंद साहब सच्चे पातशाह जी वडाली की धरती के उत्ते। गुरु हर राय ते गुरु हर कृष्ण साहब सच्चे पातशाह जी कीरतपुर साहब की पावन पवित्र धरती है, जिथे जिन्हों का अवतार धारना होया। उन्हां तों बाद विच गुरु तेग बहादुर साहब सच्चे पातशाह जी, श्री अमृतसर साहब की पावन पवित्र धरती गुरु के महल, ते दसवें पातशाह पटना साहब की पावन पवित्र धरती है। मन बिरतियां उत्थे लै चलिए, तन करके इत्थे बैठे रहिए। यह पटना शहर किन्ना ने वसाया, इतिहास नूं वाचण दा जतन करिए। द्वापर युग दा राजा दशरथ जयद्रथ होया। जयद्रथ दीआं दो पत्नियां सन। हर बंदा सोचदा मेरे घर विच औलाद होवे, मेरी आउण वाली संपत्ति नूं सांभण दा जतन करे। राजे जयद्रथ दे घर दे विच औलाद ना होई, उहने दूसरा विआह कीता। औलाद कर्मा ना होया करदी आ, भावें दो विआह हो जाण, भावें चार विआह हो जाण, जे किस्मत च नहीं ते नहीं होया करदी। पर एक गुरु नानक का वह दर है जिथे अरदास कीतियां जिहड़ी चीज किस्मत च ना भी लिखी होवे वह भी मिल जाती। राजे जयद्रथ की वडेरी उम्र हो गई, बच्चियां वास्ते बंदा की कुछ नहीं करता। कहिंदे दौलत किन्नी भी बंदे दे कोल होवे, बाज पुत्तां दे दुनिया हनेर हुंदी, लख जगण दवालियां जग अंदर, पुत्तां बाज ना कदे सवेर हुंदी। जे पुत्तर नहीं ते पैसा की करना, पैसा बने ना सहारा मापियां दा। सच्चे पातशाह हर एक मां नूं लंबियां उमरां वाला गुरसिख पुत्तर बख्शो। पता क्यों? क्योंकि कादा जीउणा जग ते मापियां दा। पुत बाप दी पिठ ते हथ रखे, ओ ठंड बाप ते कालजे पै जांदी। जिहड़ी मां दी गोदड़ी च लाल होवे, भुख हर एक मां दी लै जांदी। उन्हां मापियां जिहा ना कोई अमीर जग ते, घर जिन्हां दे खेड दा लाल होवे, पुत मां दे वेड़े दी है रौनक। हर एक मां ते रब दयाल होवे, ओ चौधरपुरिया जग ते पुत मेवा। इह ते मेरे सतगुरु दीआं खेडां न्यारियां ने। आओ सतगुरां दे चरणां दे विच अरदास बेनती करिए, सच्चे पातशाह
हर एक मां नूं लंबियां उमरां वाला गुरसिख पुत्र बख्शियो। पता क्यों? क्योंकि पुत्रां नाल ही मिलदियां सरदारियां ने। राजे जयद्रथ की वडेरी उम्र हो गई, आखिर दो ब्याह कीते उहने, दोनां दे घर दे विच औलाद ना होई। पर किसी मंत्री ने सलाह दित्ती, ओ राजन जाओ जाके किते महारिशी दे कोल जाके अरदास बेनती कराओ, हो सकता अकाल पुरख परमात्मा तुहाडी अरदास बेनती सुन ले। राजे जयद्रथ ने इदां ही कीता, अपने घरों तुरिया जंगल वल नूं। जंगल दे विच तुरिया जांदा तुरिया जांदा एक चंद्रक रिखी दे नाल उहदा मिलाप हुंदा है। चंद्रक रिखी दे गाड़ी पटावां रख के मत्था टेक के अरदास बेनती करदा है। रिखी नूं कहिंदा साडे घर दे विच औलादनी वडेरी उम्र हो गई है, एक व्याह सी दो व्याह कीते पर अकाल पुरख परमात्मा ने कृपा नहीं कीती, तुसीं अरदास बेनती करो। चंद्रक रिखी ने राजन की बेनती नूं प्रवान करके अरदास बेनती दुआ कीती ते एक फल का प्रसाद दिता। फल का प्रसाद लैके राजन हसदा नचदा टपदा अपने महलां वालों तुर पिया। ਇਹ ਗੱਲ ਨੂੰ ਭੁੱਲੀ ਗਿਆ ਕਿ ਪਤਨੀਆਂ ਦੋ ਸਨ ਤੇ ਫਲ ਇੱਕ ਹੈ। ਆਪਣੇ ਘਰ ਦੇ ਵਿੱਚ ਆਣ ਕੇ ਜਦੋਂ ਆਪਣੀ ਪਤਨੀ ਨੂੰ ਫਲ ਦੇਣ ਲੱਗਾ ਤੇ ਮੱਥੇ ਤੇ ਹੱਥ ਮਾਰ ਕੇ ਸੋਚਣਾ ਸ਼ੁਰੂ ਕਰ ਦਿੱਤਾ, ਪਤਨੀਆਂ ਦੋ ਤੇ ਫਲ ਇੱਕ, ਕਹਿੰਦੇ ਸੋਚ ਸੋਚ ਕੇ ਅੱਧਾ ਰਹਿ ਗਿਆ। ਆਖਿਰ ਉਹਨੇ ਫਲ ਦੇ ਦੋ ਟੁਕੜੇ ਕੀਤੇ, ਅੱਧਾ ਫਲ ਇੱਕ ਪਤਨੀ ਨੂੰ ਦੇ ਦਿੱਤਾ ਤੇ ਅੱਧਾ ਫਲ ਦਾ ਪ੍ਰਸ਼ਾਦ ਇੱਕ ਪਤਨੀ ਨੂੰ ਦੇ ਦਿੱਤਾ। ਹੁਣ ਜਿਹੜੇ ਚੰਦਰਕ ਰਿਖੀ ਨੇ ਵਰਦਾਨ ਦਿੱਤਾ ਸੀ ਰਾਜਨ, ਇਹ ਪ੍ਰਸ਼ਾਦ ਜਦੋਂ ਆਪਣੀ ਪਤਨੀ ਨੂੰ ਖਵਾਲੇਗਾ, ਉਹਦੀ ਪੇਟ ਦੇ ਵਿੱਚੋਂ ਜਿਹੜਾ ਜਨਮ ਬੱਚਾ ਲਵੇਗਾ ਉਹ ਜੰਮਦਾ ਹੀ ਜਵਾਨ ਹੋ ਜਾਏਗਾ, ਕਿਉਂਕਿ ਤੇਰੀ ਉਮਰ ਵਡੇਰੀ ਹੋ ਚੁੱਕੀ। ਇਹ ਵਰਦਾਨ ਦਿੱਤਾ ਸੀ ਕਿ ਉਹ ਬੜਾ ਮਹਾਬਲੀ ਭਾਰੀ ਤਪਸਵੀ ਹੋਵੇਗਾ। ਜਦੋਂ ਚੰਦਰਕ ਰਿਖੀ ਨੇ ਇਹ ਵਰਦਾਨ ਦਿੱਤਾ, ਰਾਜਨ ਖੁਸ਼ੀ ਖੁਸ਼ੀ ਆਪਣੇ ਮਹਿਲਾਂ ਦੇ ਵਿੱਚ ਪਹੁੰਚ ਗਿਆ ਤੇ ਜਦੋਂ ਫਲ ਦਾ ਪ੍ਰਸ਼ਾਦ ਦਿੱਤਾ, ਉਹਨੇ ਦੋ ਟੁਕੜੇ ਕਰਕੇ ਦੋਨਾਂ ਪਤਨੀਆਂ ਨੂੰ ਖਵਾਲ ਦਿੱਤੇ। ਸਮਾਂ ਪਾ ਕੇ ਔਲਾਦ ਹੋਣੀ ਸੀ, ਸਮਾਂ ਪਾ ਕੇ ਉਹਨਾਂ ਦੀ ਪਵਿੱਤਰ ਕੁੱਖ ਨੂੰ ਭਾਗ ਲੱਗਾ ਤੇ ਦੋਨਾਂ ਪਤਨੀਆਂ ਦੀ ਪੇਟ ਦੇ ਵਿੱਚੋਂ ਅੱਧੇ ਅੱਧੇ ਬੱਚਿਆਂ ਨੇ ਜਨਮ ਲਿਆ। ਇਸ ਗੱਲ ਦਾ ਪਤਾ ਜਦੋਂ ਰਾਜਨ ਨੂੰ ਲੱਗਾ, ਰਾਜੇ ਜਯਦਰਥ ਨੂੰ ਮੱਥੇ ਤੇ ਹੱਥ ਮਾਰ ਕੇ ਰੋਇਆ, ਮਨਾ ਇਹ ਕੀ ਹੋ ਗਿਆ। ਕਹਿੰਦੇ ਜਦੋਂ ਮੱਥੇ ਤੇ ਹੱਥ ਮਾਰ ਕੇ ਰੋਇਆ, ਉਹਨੇ ਬੱਚਿਆਂ ਦਾ ਮੂੰਹ ਵੇਖਣ ਤੋਂ ਇਨਕਾਰ ਕਰ ਦਿੱਤਾ। ਆਪਣੇ ਅਹਿਲਕਾਰ ਨੂੰ ਹੁਕਮ ਕੀਤਾ ਕਿ ਇਹਨਾਂ ਨੂੰ ਸ਼ਮਸ਼ਾਨ ਘਾਟ ਦੇ ਵਿੱਚ ਸੁੱਟ ਦਿੱਤਾ ਜਾਵੇ। ਅਹਿਲਕਾਰ ਨੇ ਹੁਕਮ ਪਾ ਕੇ ਉਹਨਾਂ ਦੋਨਾਂ ਬੱਚਿਆਂ ਨੂੰ ਰੁਮਾਲੇ ਦੇ ਵਿੱਚ ਲਪੇਟ ਕੇ, ਵੱਖ ਵੱਖ ਰੁਮਾਲਿਆਂ ਦੇ ਵਿੱਚ ਲਪੇਟ ਕੇ ਤੇ ਸ਼ਮਸ਼ਾਨ ਘਾਟ ਦੇ ਵਿੱਚ ਸੁੱਟਣ ਵਾਸਤੇ ਚਲਿਆ ਗਿਆ। ਸ਼ਮਸ਼ਾਨ ਘਾਟ ਦੇ ਵਿੱਚ ਇੱਕ ਜਰਾ ਨਾਮ ਦੀ ਰਾਕਸ਼ਣਾਣੀ ਰਹਿੰਦੀ ਸੀ ਜਿਹੜੀ ਉਹ ਮੁਰਦਿਆਂ ਨੂੰ ਖਾਇਆ ਕਰਦੀ ਸੀ। ਜਦੋਂ ਉਹਨੇ ਦੋਨਾਂ ਬੱਚਿਆਂ ਨੂੰ ਸ਼ਮਸ਼ਾਨ ਘਾਟ ਦੇ ਵਿੱਚ ਸੁੱਟਿਆ, ਰਾਕਸ਼ਣੀ ਬੜੀ ਖੁਸ਼ ਹੋਈ ਵੀ ਅੱਜ ਮਾਸ ਬੜਾ ਵਧੀਆ ਮਿਲਿਆ, ਅੱਜ ਖਾਣ ਨੂੰ ਪਦਾਰਥ ਬੜਾ ਵਧੀਆ ਮਿਲਿਆ। ਰਾਕਸ਼ਣਾਣੀ ਨੇ ਹੱਸਦੀ ਹੋਈ ਨੇ, ਖਿੜਖਾਉਂਦੀ ਹੋਈ ਨੇ ਦੋਨਾਂ ਬੱਚਿਆਂ ਨੂੰ ਦੋਨਾਂ ਹੱਥਾਂ ਦੇ ਵਿੱਚ ਫੜ ਲਿਆ। ਖਾਣ ਵਾਸਤੇ ਜਦੋਂ ਉਹਨੇ ਇਕੱਠਿਆਂ ਕੀਤਾ ਤੇ ਉਹ ਬੱਚੇ ਜਿਹੜੇ ਅੱਧੇ ਅੱਧੇ ਸਨ ਉਹ ਜੁੜ ਗਏ। ਜਦੋਂ ਦੋਨੋਂ ਬੱਚੇ ਜੁੜੇ ਤੇ ਉਹ ਬੱਚਾ ਜਿਹੜਾ ਸੀ ਇੱਕ ਬਣ ਗਿਆ, ਬੜਾ ਭਿਅੰਕਰ ਰੂਪ ਦੇ ਵਿੱਚ ਉਹਨੇ ਰੋਣਾ ਸ਼ੁਰੂ ਕੀਤਾ। ਜਦੋਂ ਭਿਅੰਕਰ ਰੋਣ, ਜਿਹੜਾ ਵੀ ਬੱਚਾ ਜਨਮ ਲੈਂਦਾ ਉਹ ਜਨਮ ਲੈਂਦਿਆਂ ਸਾਰੀ ਰੋਂਦਾ। ਜਦੋਂ ਬੱਚਾ ਦੋਨੋਂ ਬੱਚੇ ਇਕੱਠੇ ਹੋਏ ਉਹਦੇ ਵਿੱਚੋਂ ਜਰਾ ਸੰਦ ਪੈਦਾ ਹੋਇਆ ਤੇ ਜੰਮਦਾ ਹੀ ਜਵਾਨ ਹੋ ਗਿਆ। ਤੁਸੀਂ ਇਹ ਨਾ ਸਮਝਿਓ ਕਿ ਢਾਡੀ ਸਿੰਘ ਆਏ ਤੇ ਆਪਣੇ ਕੋਲੋਂ ਇਹ ਹਵਾਲਾ ਦੇ ਕੇ ਕਥਾ ਸੁਣਾ ਕੇ ਚਲੇ ਗਏ। ਦਸਮ ਗ੍ਰੰਥ ਦੇ ਵਿੱਚ ਗੁਰਦੇਵ ਪਾਤਸ਼ਾਹ ਜੀ ਨੇ ਇਹਦਾ ਹਵਾਲਾ ਦਿੱਤਾ ਹੈ। ਦਸਮ ਗ੍ਰੰਥ ਵਿੱਚ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਜਰਾ ਸੰਦ ਦੇ ਪ੍ਰਥਾਏ ਲਿਖਦੇ ਨੇ, ਜਰਾ ਰਾਕਸ਼ਣੀ ਸੰਦ ਕਰਿਓ, ਜਰਾ ਸਿੰਧ ਤਹਿ ਨਾਮ ਧਰਿਓ। ਜਰਾ ਨਾਮ ਸੀ ਰਾਕਸ਼ਣੀ ਦਾ, ਸੰਦ ਮੈਣੇ ਹੁੰਦਾ ਇਕੱਠਿਆਂ ਕਰਨਾ। ਜਦੋਂ ਰਾਕਸ਼ਣਾਣੀ ਨੇ ਬੱਚਿਆਂ ਨੂੰ ਦੋਨਾਂ ਨੂੰ ਇਕੱਠਿਆਂ ਕੀਤਾ ਤੇ ਉਹਦੇ ਵਿੱਚੋਂ ਜਰਾ ਸੰਦ ਪੈਦਾ ਹੋਇਆ। ਜਰਾ ਸੰਦ ਜਦੋਂ ਜੰਮਦਾ ਹੀ ਜਵਾਨ ਹੋਇਆ ਉਹ ਆਪਣੇ ਮਹਿਲਾਂ ਵੱਲ ਨੂੰ ਤੁਰ ਪਿਆ, ਆਪਣੇ ਰਾਜਨ ਦੇ ਕੋਲ ਆ ਗਿਆ ਜਯਦਰਥ ਦੇ ਘਰ ਦੇ ਵਿੱਚ। ਸਮਾਂ ਪਾ ਕੇ ਉਹਦਾ ਵਿਆਹ ਹੋਇਆ। ਉਹਦੇ ਘਰ ਵਿੱਚ ਦੋ ਬੱਚਿਆਂ ਨੇ ਜਨਮ ਲਿਆ। ਦੋਨੋਂ ਬੱਚੀਆਂ ਜਦੋਂ ਜਵਾਨ ਹੋਈਆਂ ਤੇ ਉਹ ਕ੍ਰਿਸ਼ਨ ਦੇ ਮਾਮੇ ਕਣਸ ਦੇ ਨਾਲ ਵਿਆਹੀਆਂ ਗਈਆਂ।
समा पा के कृष्ण का कंस का युद्ध होया। तुसी सीरियल कई बार वेख्या होगा कृष्ण का कंस का क्यों युद्ध होया। कोई समा पा के जो युद्ध होया कृष्ण का कंस का जिदे कृष्ण के हथों कंस मारिया गया। कंस भावे कृष्ण का मामा लगता सी। जो कंस मारिया गया ना वो दोनों पत्नियां कंस दियां विधवा हो गई जिहड़ियां जरासंध दियां धीआं सन। वो अपने बाप दे गाड़ी जाके रोईयां कहन लगा बापू तू एडा महारथी योधा तेरे हुंदियां होया साडा पति मार दिता कृष्ण ने जाके उहदे कोल बदला लै। हुण धीआं दी गल कही बाप ने मोरनी थोड़ी सी। बापू नूं गुस्सा चढ़ गया लैके फौजां कृष्ण भगवान ते चढ़ गया। कहिंदे इह युद्ध 18 महीने चलिया। कृष्ण दा कृष्ण गोखल विच है। कृष्ण दा ते जरासंध दा युद्ध होया। इह युद्ध 18 महीने चलिया। आखिर कृष्ण भगवान युद्ध छड के मैदान छड के इन्हें जाके द्वारका नगरी वसाली। जरासंध नूं पता लगा कि कृष्ण हार गया। इन्हें जाके पटना शहर गंगा के किनारे दे उत्ते विछाउणा शुरू किया। अज गुरु गोबिंद सिंह सच्चे पातशाह जी दे नाम दे नाल पटना शहर नूं याद किया जाता है। इतिहास नूं पढ़िए पता लगता कदे कलयुग दे अवतार धन गुरु नानक देव सच्चे पातशाह जी पटने शहर की धरती ते गए ने। नाल किन्हां नूं लिया भाई बाला जी ते भाई मरदाना जी ने। गंगा दे किनारे जाके इन्हां ने अपना कुछ समा बतीत किया। भाई मरदाना जी कहन लगे गुरु नानक पातशाह जी नूं पातशाह गुरबाणी दे प्रथाए तुसी आप नारायण कला धार इस जग मैं परवरियो भाव के आप रब रूप दे ना भुख लगदी ना कोई दुख लगदा ना गर्मी ना सर्दी ना पर असी ते दुनियावी आ ना सानू हर पदार्थ दी लोड़ है। कृपा करो कुछ छकण वास्ते प्रबंध किया जाए। भाई मरदाने की बेनती प्रवान करके गुरु नानक पातशाह जी ने उस गंगा दे विचों एक पत्थर कढ़ के दिता ते बचन किया भाई मरदानिया लै फड़ बड़ा कीमती लाल इनू इस शहर दे विच वेच के आ। उहदा कुछ जो वेच के आवेगा उहदा कोई पदार्थ लैके आ जावी। पदार्थ लैण गए आपां छकांगे। भाई मरदाना जी कहन लगे हथ जोड़ के पातशाह किहो जिहियां गल्लां करदे जे इस पत्थर का किसी ने की देना। गुरु नानक पातशाह जी कहन लगे ना मरदानिया इदा ना कह ये बड़ा कीमती लाल है तू जा ते सही। हुक्म पा के भाई मरदाना इस शहर दे विच उस पत्थर नूं वेचण वास्ते गया। कई दुकानों के उत्ते गया किसी ने कुछ नहीं दिता। शाम नूं वापस आया गुरु नानक पातशाह जी के चरणों च टेक के मत्था कहन लगा पातशाह जिहड़ी गल मैं सवेरे कही सी कि पत्थर का किसी ने की देना अज किसी ने कुछ नहीं दिता। कई दिनों तो थके टुटे छकिया कुछ नहीं अज भी सारा दिन इसे तरह ही लंघ गया। गुरु नानक पातशाह जी अगले दिन कह लगे मरदाने अज फिर जा। भाई मरदाना जी कह लगे जे कल कुछ नहीं मिले तो अज भी कुछ नहीं मिलना। महाराज सच्चे पातशाह जी कह लगे तुसी जाओ तो सही। सच्चा सिख सी हुक्म पा के गुरु नानक पातशाह जी का भाई मरदाना दूसरे दिन भी इसे शहर के उस पत्थर नूं वेचण वास्ते गया जिहड़ा बड़ा कीमती लाल सी। पर किसे दुकान ने दुकानदार ने खरीदण दा जतन नहीं कीता। क्यों? क्योंकि लालां दी तां हीरियां दी पछाण जवारी ही कर सकदा। किसे आम दुकानदार नूं की पता कि इहदी कीमत की है। दूसरे दिन भी भाई मरदाना उसे तरह ही वापस मुड़िया। आन के गुरु नानक पातशाह जी दे चरणां च टेक के मत्था कहन लगा पातशाह जी दूसरा दिन भी लंघ गया इहदा किसे ने कुछ नहीं जी दिता। घट घट दिलां दे जाननहार गुरु नानक पातशाह जी कहन लगे कोई गल नहीं मरदानिया कल सही। अगले दिन तीसरा दिन होया ते गुरु नानक पातशाह जी कहन लगे भाई मरदानिया अज फिर ये पत्थर वेच के आ। धन गुरु नानक देव सच्चे पातशाह जी दे कहे बचन तीसरे दिन भाई मरदाने दे जदों ये अंदर रड़कन लगे कहन लगे पातशाह दो दिन खजल खवार के हो के आ गया दो दिन कुछ नहीं मिलिया अज की मिलेगा। कलयुग दे अवतार धन गुरु नानक देव सच्चे पातशाह जी कहन लगे अज जवारी की दुकान ते जाना
इस हीरे की परख जवारी कर सकता है। हुक्म पा के भाई मरदाना तुरिया केड़ी जवारी की दुकान ते गया, साल सराहे जौहरी की दुकान दे उत्ते। साल सराहे जौहरी की दुकान ते जाके जदों वह हीरा साल सराहे जौहरी के अगे रखिया ना, कहिंदे उसे वक्त साल सराहे जौहरी ने उहदी पछाण कीती हथ दे विच फड़ के, पछाण करके उस वक्त 101 चांदी की मोहर भाई मरदाने के अगे रख के ते ए गल कही, आओ भाई मरदानिया इस लाल का मैं मुल नहीं दे सकता, जेड़ा 101 मोहर चांदी की तुहानू दित्ती है ना, यह मैं इहदी दखण भेटा दे रहा, दखणा भेटा, इहदा मुल नहीं मैं दे सकता। भाई मरदाना बड़ा खुश होया, कहिंदा नहीं देना, ना दे सकता, जिन्ने मिल गए इन्ने थोड़े। बड़ा खुश खुश हो के भाई मरदाने ने 101 मोहर फड़ ली चांदी दी, नाल उहने लाल भी दे दिता, ते बड़ा खुश होया। हुण भाई मरदाना आ गया खुशी खुशी दे विच गुरु नानक पातशाह जी दे कोल आके टेकिया सतगुरां दे चरणां दे विच मत्था हथ जोड़ के कहन लगे, भाई मरदाना जी पातशाह अज दिन बड़ा भागां वाला चढ़िया, जिहड़ा तुसीं लाल वेचण वास्ते भेजिया सी ना, उह लाल भी लैंदा ते उहदे दखना भी उहदी लैंदी आ 101 मोहर। सच्चे पातशाह धन गुरु नानक देव सच्चे पातशाह जी उस वेले वेख के 101 मोहर भाई मरदाने नूं कहण लगे, उह मरदानिया जा इह मोहर जिहड़ी आ वापस करके। भाई मरदाना सोची पै गया, पातशाह किहो जिहियां गल्लां करदे जे, दो दिन कुछ मिलिया नहीं सी, जे अज कुछ मिल गया तो कह रहे वापस कर रहा, दो तीन दिन तो अगे कुछ नहीं छकिया, ये गल कहो हाँ जाओ कुछ लैके आओ पदार्थ तो कुछ छकीए। धन गुरु नानक देव सच्चे पातशाह जी कहन लगे, मरदानिया फिक्र ना कर, अज 36 प्रकार के भोजन छकावे तेन। भाई मरदाना हुक्म पा के वापस मुड़ गया, वापस देने वास्ते तुर पिया। जे कोई मेरे वर्गा होंदा ना ते मन च सोचता रस्ते च जावांगा दब के आ जावांगा कल नूं पुट लवांगा, अते गल ही बड़ी वधिया बणी आ, इस लाल नूं किसे ना किसे दुकान ते जाया करांगे, उत्थे दखणा दे के भेटा लाया करांगे, रातों रात अमीर बन जावांगे, जे कोई मेरे वर्गा हुंदा ते। सच्चा ते सुचा सिख सी भाई मरदाना, गुरु नानक पातशाह जी दी महिमा नूं जाणदा सी, इह कौण ने, असीं गुरु नानक पातशाह जी दी गोद दे विच बैठे होए आ, इत्थे बैठे हुए भी एक दूजे नाल गल्लां मारी जावांगे, असीं कदी समझिया ही नहीं कि गुरु नानक पातशाह जी कौन ने, जिहड़ी 10 पातशाहियां दी जग दी जोत गुरु ग्रंथ साहिब जी तख्त ते विराजमान ने, असीं ते कदी समझिया ही नहीं कि हाजर नाजर आ। किड्डा वड्डा किरती सिख सी भाई मरदाना, हुक्म पा के तुर पिया साल सराहे जौहरी दे कोल जाके पहुंच गया, जाके लाल भी रख दिता ते मोर भी रख दित्ती। जदों साल सराई दे अगे जाके भाई मरदाने ने 101 मोहर ढेरी कर दिती कि अपनी मोहर संभो, कहिंदे साल सराहे जौहरी दे पैरां थल्लों जमीन निकल गई, अज तक इहो जिहा गाहक ते कोई आया ही नहीं सी जिहड़ा मोहर वापस कर जावे। पुछदा भाई तूं कौण आ, कहिंदा मैं भाई मरदाना, कहिंदा नाम मैं पहलां वी कदे सुणिया सी। भाई मरदाने दा नाम उसने पहलां वी सुणिया सी, कहिंदा तैनूं भेजिया कहिंदे आ वापस करन वास्ते। भाई मरदाना जी कहन लगे, सृष्टि दे मालक धन गुरु नानक देव सच्चे पातशाह जी, कहिंदे उसे वक्त साल सराहे जौहरी दे दोनों हथ जुड़ गए, हथ जोड़ के कहन लगा, भाई मरदानिया फिर मैनू उस सृष्टि दे मालक दे दर्शन करवा, कित्थे बैठे ने? साल सराहे जौहरी नूं लैके भाई मरदाना जी आ गए गंगा दे किनारे। गंगा के किनारे धन गुरु नानक देव सच्चे पातशाह जी बैठे हुए सन समाधि ला के, साल सराहे जौहरी ने आके सतगुरां दे चरणां दे विच टेकिया मत्था, टेक के मत्था एक अरदास बेनती कीती आ, पातशाह इत्थे बैठे जे घर चरण पाओ। साल सराहे जौहरी की बेनती नूं प्रवान करके धन गुरु नानक देव सच्चे पातशाह जी लैके भाई बाला जी नूं ते भाई मरदाना जी नूं नाल लैके आ पहुंचे ने साल सराहे जौहरी दे घर दे विच। साल सराहे जौहरी ने बड़े अदब ते सत्कार दे नाल गुरु नानक पातशाह जी दा रहण बसेरा कीता। धन गुरु नानक देव सच्चे पातशाह जी दे वास्ते 37 पदार्थां दा लंगर लगा दिता, जल पानी नाल सेवा कीती। भाई मरदाना बड़ा खुश हो,
हुण गुरु नानक पातशाह जी कहण लगे रबाब कढ मरदानिया इत्थे कीर्तन करिए हुण सृष्टि दा मालिक कीर्तन करदा होवे ते किन्ना आनंद होवेगा। गुरु नानक पातशाह जी ने दो लंगर चलाए ने एक कीर्तन का लंगर एक गुरु जी का अटुट लंगर जिहदे विच अज तक वाधा ही पिया घाटा नहीं। गुरु नानक पातशाह जी कहण लगे ओ भाई मरदानिया रवाब कढ़ कीर्तन करिए कीर्तन आरंभ हो गया। पता लगा लाके दीआं संगतां नूं सृष्टि दे मालक आए ने दर्शन करन वास्ते आ गईआं। कई महीने महाराज सच्चे पातशाह जी साल सराहे जौहरी दे घर दे विच कीर्तन करदे रहे। एक दिन जाण लगे साल सराहे जौहरी कहण लगा पातशाह जी कुछ समां लई अटको मर्ज अटक गए। कुछ समां पा के फिर गुरु नानक पातशाह जी तुरन लगे हाथ जोड़ के बेनती करता पातशाह बड़ा आनंद बड़िया कुछ समय दी होर अटको। गुरदेव पातशाह जी ने साल सराहे की बेनती प्रवान करके कुछ समय दी होर अटकना किया। कुछ समय बाद फिर गुरु नानक पातशाह जी जान लगे ते साल सराहे जौहरी हाथ जोड़ के कहिंदा पातशाह हुण कदों आओगे। धन गुरु नानक देव सच्चे पातशाह जी कहन लगे ओ साल सराहे जौहरी जे किते ए गल कह दिंदा कि पातशाह जाओ ही ना ते असीं जाना ही नहीं सी। जो गुरु नानक पातशाह जी साल सराहे जौहरी दे नाल वचन करदे ने हुण कदों आवांगे। दासती कलम ने लिखण दा यतन कीता बड़े प्यार ते सत्कार दे नाल सरवण करन दा यतन करो। साल सराहे जौहरी नूं गुरु नानक पातशाह जी की जवाब दे रहे ने उन्हां लाइनां नूं मेरे ढाडी सिंह इउं पेश कर रहे सन।
ਬਾਬਾ ਤੁਸੀਂ ਜਾਣਦੇ ਤੁਹਾਡੀ ਉਪਮਾ ਜਿਹੜੀਆਂ ਬੇਨਤੀ ਨੂੰ ਪ੍ਰਵਾਨ ਕਰਕੇ ਦਿੱਤੇ ਹੋਏ ਸਮੇਂ ਅਨੁਸਾਰ ਗੁਰੂ ਘਰ ਦੇ ਵਿੱਚ ਪਹੁੰਚ ਚੁੱਕੀਆਂ ਨੇ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦਾ ਪ੍ਰਕਾਸ਼ ਦਿਹਾੜਾ ਮਨਾ ਰਹੀਆਂ ਬੜੀਆਂ ਵੱਡੇ ਭਾਗਾਂ ਵਾਲੀਆਂ। ਮੈਂ ਨੀ ਕਹਿੰਦਾ, ਮੇਰੇ ਸਤਿਗੁਰਾਂ ਦੀ ਬਾਣੀ ਕਹਿੰਦੀ ਆ, ਧੰਨ ਧੰਨ ਭਾਗ ਤਨਾ ਭਗਤ ਜਨਾ ਜੋ ਹਰਨਾਮਾ ਹਰ ਮੁਖ ਕਹਤੇ ਹਾਂ। ਧੰਨ ਧੰਨ ਭਾਗ ਤਨਾ ਸੰਤ ਜਨਾ ਜੋ ਹਰ ਜਸ ਸਰਵਣੀ ਸੁਣਦੇ ਹਾਂ। ਧੰਨ ਧੰਨ ਭਾਗ ਤਨ ਸਾਧ ਜਨਾ ਹਰ ਕੀਰਤਨ ਗਾਏ ਗੁਣੀ ਜਨ ਬਣਤਿਆਂ। ਧੰਨ ਧੰਨ ਭਾਗ ਤਨ ਗੁਰਮੁਖਾਂ ਜੋ ਗੁਰਸਿੱਖ ਲੈ ਮਨ ਜਨਤਿਆਂ। ਬਾਣੀ ਕਹਿੰਦੀ ਸਭ ਤੋਂ ਵੱਡੇ ਭਾਗ ਗੁਰਸਿੱਖਾਂ ਕੇ ਜੋ ਗੁਰਚਰਨੀ ਸਿੱਖ ਪੜ੍ਹਦੇ। ਆਪਣੇ ਬੱਚਿਆਂ ਦਾ ਅਸੀਂ ਬਰਥਡੇ ਮਨਾਉਂਦੇ, ਰਿਸ਼ਤੇਦਾਰਾਂ ਨੂੰ ਸਾਧਨੇ ਆ, ਕੀ ਕੁਝ ਨਹੀਂ ਕਰਦੇ। ਅੱਜ ਤੇ ਸ੍ਰਿਸ਼ਟੀ ਦਾ ਮਾਲਕ ਆ ਜਿਹਦੇ ਕੋਲ ਅਸੀਂ ਸਾਰੀਆਂ ਹੀ ਦਾਤਾਂ ਮੰਗ ਕੇ ਲਈਆਂ। ਅੱਜ ਉਸਦਾ ਬਰਥਡੇ ਆ, ਸਾਰਾ ਸੰਸਾਰ ਮਨਾ ਰਿਹਾ। ਭਾਗਾਂ ਵਾਲੀਆਂ ਸੰਗਤਾਂ ਕੰਨ ਵਣਦੀਆਂ ਜਿਹੜੀਆਂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦਾ ਪ੍ਰਕਾਸ਼ ਦਿਹਾੜਾ ਮਨਾ ਰਹੀਆਂ। ਮੇਰੀਆਂ ਭੈਣਾਂ ਵੀ ਪਹੁੰਚੀਆਂ, ਛੋਟੀ ਛੋਟੀਆਂ ਬੱਚੀਆਂ ਵੀ ਪਹੁੰਚੀਆਂ, ਮੇਰੀਆਂ ਮਾਤਾਵਾਂ ਵੀ ਪਹੁੰਚੀਆਂ, ਮੇਰੇ ਵੀਰ ਵੀ, ਮੇਰੇ ਬਜ਼ੁਰਗ ਵੀ। ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਗੋਦ ਦੇ ਵਿੱਚ ਜੁੜ ਬੈਠੇ ਨੇ, ਇਤਿਹਾਸ ਨੂੰ ਸਰਵਣ ਕਰ ਰਹੇ ਨੇ। ਬਾਣੀ ਕਹਿੰਦੀ ਸਭ ਤੋਂ ਵੱਡੇ ਭਾਗ ਗੁਰਸਿੱਖਾਂ ਕੇ ਜੋ ਗੁਰਚਰਨੀ ਸਿੱਖ ਪੜ੍ਹਤੇ। ਕਿਉਂ ਕਿਹਾ ਵੱਡੇ ਭਾਗਾਂ ਵਾਲੇ? ਸਮੇਂ ਨੂੰ ਕੀਮਤੀ ਬਣਾਉਣ ਵਾਸਤੇ ਤੁਸੀਂ ਪਹੁੰਚੇ ਜੇ। ਇਸ ਕਰਕੇ ਮੇਰੇ ਗੁਰਦੇਵ ਪਾਤਸ਼ਾਹ ਜੀ ਕਹਿੰਦੇ ਨੇ ਸਭ ਤੋਂ ਵੱਡੇ ਭਾਗ। ਇਹਦੇ ਤੋਂ ਵੱਡੇ ਭਾਗਾਂ ਵਾਲੀ ਨਿਸ਼ਾਨੀ ਕੀ ਹੋ ਸਕਦੀ ਹੈ? ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਗੋਦ ਦੇ ਵਿੱਚ ਬੈਠ ਕੇ ਸਵਾਸ ਨਿਕਲ ਜਾਣੇ। ਜਿਹੜੇ ਸਵਾਸ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਗੋਦ ਦੇ ਵਿੱਚ ਬੈਠ ਕੇ ਨਿਕਲ ਜਾਣੇ ਨੇ, ਉਹਨਾਂ ਸਵਾਸਾਂ ਦਾ ਮੁੱਲ ਹੈ। ਤੇ ਜਿਹੜੇ ਸਵਾਸ ਘਰ ਬੈਠਿਆਂ ਕੰਮ ਕਾਰ ਕਰਦਿਆਂ ਇੱਧਰ ਉੱਧਰ ਖਲੋਤਿਆਂ ਨਿਕਲ ਜਾਣੇ ਨੇ, ਉਹਨਾਂ ਸਵਾਸਾਂ ਦਾ ਕੋਈ ਮੁੱਲ ਨਹੀਂ। ਬਾਣੀ ਕਹਿੰਦੀ ਜਿਨ ਕੇ ਚਿੱਤ ਕਠੋਰ ਹੈ ਸੇ ਬਹਿਰ ਨਾ ਸਤਿਗੁਰ ਪਾਸ। ਕਈ ਇਹੋ ਜਿਹੇ ਵੀ ਹੈਗੇ ਨੇ, ਆ ਜਾਂਦੇ ਨੇ ਪਰ ਗੈਰ ਹਾਜ਼ਰ ਰਹਿਣਾ। ਕਈ ਮੇਰੇ ਵਰਗੇ ਸਕੂਲੇ ਜਾਂਦੇ ਨੇ, ਟੀਚਰ ਕਲਾਸ ਲਾ ਰਿਹਾ ਹੁੰਦਾ ਤੇ ਮੇਰੇ ਵਰਗੇ ਬਾਹਰ ਬੈਠੇ ਹੁੰਦੇ ਨੇ ਗਰਾਊਂਡ ਦੇ ਵਿੱਚ। ਉਹਨਾਂ ਨੂੰ ਕੀ ਕਿਹਾ ਜਾਂਦਾ? ਘਰਦਿਆਂ ਵੱਲੋਂ ਤੇ ਗਏ ਹੁੰਦੇ ਸਕੂਲੇ,
पर उन्होंने गैर हाजरी कहते ने साडे मास्टर जी मलकीत सिंह जी बैठे हुए ने कईआं दा फेंटा लाउंदे होणगे जिहड़े बाहर बैठे रहिंदे ने महाराज सच्चे पातशाह जी उन्हां बारे कहिंदे ने जिनके चित कठोर है से बहन सतगुर पास क्यों उथे सच वरतदा कुड़ियारां चित उदास जिहड़े कूड़ नाल जुड़े हुए ने उन्हां नूं चंगीआं गल्लां चंगीआं नहीं लगदीआं सच्चीआं गल्लां ਉਹ ਵੱਲ ਛਲ ਘਰ ਝੱਤ ਕੱਢਦੇ ਫਿਰ ਜਾਇ ਬਹਿ ਕੁੜਿਆਰਾਂ ਪਾਸ ਉਹਨਾਂ ਨੇ ਕੀ ਕਰਨਾ ਹੁੰਦਾ ਕੋਈ ਮੋਬਾਈਲ ਲਾ ਕੇ ਨਾ ਕੰਨ ਦੇ ਨਾਲ ਉੱਠ ਕੇ ਚਲੇ ਜਾਣਾ ਹੁੰਦਾ ਫਿਰ ਆਪਣੇ ਵਰਗੇ ਹਾਣੀਆਂ ਦੇ ਕੋਲ ਜਾ ਕੇ ਖਲੋ ਜਾਣਾ ਇਹੋ ਜਿਹੇ ਹੁੰਦੇ ਉਹਨਾਂ ਨੂੰ ਚੰਗਾ ਨਹੀਂ ਲੱਗਦਾ ਪ੍ਰਚਾਰ ਉਹਨਾਂ ਦੇ ਅੰਦਰੋਂ ਚਿੱਤ ਕਠੋਰ ਹੁੰਦੇ ਨੇ ਕੁੜਿਆਰ ਕੁੜਿਆਰੀ ਜਾਏ ਰਲੇ ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਸਚਿਆਰ ਸਿੱਖ ਬੈਠੇ ਸਤਿਗੁਰ पास इसे करके बाणी ने किया सब दू वड्डे भाग गुरु सिखा के जो गुरु चरणी से पड़ते बेअंत संगतां गुरु ग्रंथ साहिब सच्चे पातशाह जी दी गोद दे विच आनंद लै रही हैं ते इतिहास नूं माणवी करके जा रही हैं साडे बहुत ही सतिकारयोग साडे तो पहला साडे सतिकारयोग इसे गुरु घर दे हैड ग्रंथी भी है ते कीर्तनीए भी भाई साहब जी धर्म सिंह जी उन्हां वल्लों भी बहुत सारा माण आया ਸਾਡੇ ਸਤਿਕਾਰਯੋਗ ਇਸੇ ਨਗਰ ਦੇ ਬਾਣੇ ਦੇ ਵਿੱਚ ਸੱਜ ਬੈਠੇ ਗੁਰੂ ਘਰ ਦੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਉੱਤੇ ਚੌਰ ਕਰ ਰਹੇ ਨੇ ਰਜਵੰਤ ਸਿੰਘ ਜੀ ਉਹਨਾਂ ਵੱਲੋਂ ਵੀ ਬਹੁਤ ਸਾਰਾ ਮਾਣ ਆਇਆ ਭਾਵ ਕਿ ਸਾਰੀਆਂ ਸੰਗਤਾਂ ਨੇ ਬਹੁਤ ਸਾਰਾ ਮਾਣ ਕੀਤਾ ਇਤਿਹਾਸ ਨੂੰ ਮੈਂ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਜੋਦਰੀ ਕਰਨਾ ਚਾਹੁੰਦਾ ਬਾਜਾਂ ਵਾਲੇ ਤਾਜਾਂ ਵਾਲੇ ਤਖਤਾਂ ਵਾਲੇ ਰਾਜਾਂ ਵਾਲੇ ਢਾਡੀਆਂ ਦੇ ਅੰਨਦਾਤਾ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਵਰਸਾਏ ਹੋਏ ਢਾਡੀ ਸਿੰਘਾਂ ਗੁਰਦੇਵ ਪਾਤਸ਼ਾਹ ਜੀ ਨੇ ਇੱਕ ਬਚਨ ਕੀਤਾ ਸੀ ਢਾਡੀ ਸਿੰਘਾਂ ਦੇ ਪ੍ਰਥਾਏ ਜਦੋਂ ਢਾਡੀ ਸਿੰਘ ਵਾਰਾਂ ਗਾਇਆ ਕਰਨਗੇ ਸੰਗਤਾਂ ਅਰਦਾਸੇ ਕਰਵਾਇਆ ਕਰਨਗੀਆਂ ਅਸੀਂ ਖੁਦ ਹਾਜ਼ਰ ਹੋ ਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਸਨ ਕਿ ਅਸੀਂ ਸੰਗਤਾਂ ਦੇ ਅਰਦਾਸੇ ਸੁਣਿਆ ਕਰਾਂਗੇ ਮੇਰੇ ਗੁਰਦੇਵ ਪਾਤਸ਼ਾਹ ਜੀ ਦੇ ਪ੍ਰਥਾਏ ਭਾਈ ਗੁਰਦਾਸ ਜੀ ਨੇ ਲਿਖਿਆ ਪੰਜ ਪਿਆਲੇ ਪੰਜ ਪੀਰ ਛੱਠਮ ਪੀਰ ਬੈਠਾ ਗੁਰ ਭਾਰੀ ਅਰਜਨ ਕਾਇਆ ਪਲਟ ਕੇ ਮੂਰਤ ਹਰਗੋਬਿੰਦ ਸਵਾਰੀ ਚੱਲੀ ਪੀੜੀ ਸੋਢੀਆਂ ਰੂਪ ਦਿਖਾਵਣ ਵਾਰੋ ਵਾਰੀ ਦਲ ਭੰਜਣ ਗੁਰ ਸੂਰਮਾ ਵੱਡ ਜੋਧਾ ਵੱਡਾ ਜੋਧਾ ਵੱਡ ਪਾਰੇ ਉਪਕਾਰੀ ਵੱਡਾ ਪਾਰੇ ਉਪਕਾਰ ਕਰਨ ਵਾਲੇ ਇੱਕ ਮੰਗਣ ਵਾਲੀ ਨੂੰ ਸੱਤ ਸੱਤ ਦੇ ਕੇ ਤੋਰਨ ਵਾਲੇ ਬਲ ਦੀਆਂ ਭੱਟੀਆਂ 'ਚ ਰੱਖਣ ਵਾਲੇ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜਿਸ ਵੀ ਮਨੋਕਾਮਨਾਵਾਂ ਭਾਵਨਾਵਾਂ ਕਰਕੇ ਸੰਗਤਾਂ ਇਤਿਹਾਸ ਨੂੰ ਮਨ ਕਰਦੀਆਂ ਹਰ ਇੱਕ ਦੀ ਮਨ ਦੀ ਭਾਵਨਾਵਾਂ ਹੋਇਆ ਕਰਦੀ ਕੋਈ ਦੁੱਧ ਮੰਗਦਾ ਕੋਈ ਪੁੱਤ ਮੰਗਦਾ ਕੋਈ ਕਾਰੋਬਾਰ ਵਾਸਤੇ ਅਰਦਾਸ ਕਰਾਉਂਦਾ ਕੋਈ ਤੰਦਰੁਸਤੀ ਵਾਸਤੇ ਅਰਦਾਸ ਕਰਾਉਂਦਾ ਸੱਚੇ ਪਾਤਸ਼ਾਹ ਕੋਈ ਵੀ ਖਾਲੀ ਝੋਲੀ ਨਾ ਜਾਵੇ ਸਾਰਿਆਂ ਦੀ ਭਰ ਕੇ ਝੋਲੀ ਤੋਰਿਓ ਇੱਕ ਵਾਰੀ ਸੰਗਤਾਂ ਦੀ ਚੜ੍ਹਦੀ ਕਲਾ ਵਾਸਤੇ ਨਗਰ ਦੀ ਚੜ੍ਹਦੀ ਕਲਾ ਵਾਸਤੇ ਪ੍ਰਬੰਧਕ ਜਨ ਵੀਰਾਂ ਦੀ ਚੜ੍ਹਦੀ ਕਲਾ ਵਾਸਤੇ ਦੁਬਾਰਾ ਹਾਜ਼ਰੀ ਲਵਾਈਏ ਕਹੀਏ ਜੀ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੀ ਸਰਬੱਤ ਦਾਪਲਾ ਮਨ ਬਿਰਤੀਆਂ ਲੈ ਚੱਲੀਏ ਫਿਰ ਪਟਨਾ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਸਾਲ ਸਰਾਹੇ ਜੋਹਰੀ ਨੇ ਜੋਹਰੀ ਦੇ ਨਾਲ ਇੱਕ ਬਚਨ ਕੀਤਾ ਇਹ ਬਚਨ ਕਿਉਂ ਕੀਤਾ ਕਿਉਂਕਿ ਸਾਲ ਸਰਾਹੇ ਜੋਹਰੀ ਨੇ ਹੱਥ ਜੋੜ ਕੇ ਗੁਰੂ ਨਾਨਕ ਪਾਤਸ਼ਾਹ ਜੀ ਦੇ ਅੱਗੇ ਖੜ ਕੇ ਇਹ ਬਚਨ ਕਰ ਦਿੱਤਾ ਪਾਤਸ਼ਾਹ ਹੁਣ ਕਦੋਂ ਆਓ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਉਹ ਸਾਲ ਸਰਾਹੇ ਜੋਹਰੀ ਜੇ ਕਿਤੇ ਇਹ ਬਚਨ ਕਰ ਦਿੰਦਾ ਕਿ ਸੱਚੇ ਪਾਤਸ਼ਾਹ ਜਾਓ ਉਹਨਾਂ ਤੇ ਅਸੀਂ ਜਾਣਾ ਹੀ ਨਹੀਂ ਸੀ ਗੁਰੂ ਨਾਨਕ ਪਾਤਸ਼ਾਹ ਜੀ ਨੇ ਬਚਨ ਕਰ ਦਿੱਤਾ ਸੀ ਦਸਵੇਂ ਜਾਮੇ ਦੇ ਵਿੱਚ ਹੁਣ ਆ ਕੇ ਤੇਰੇ ਘਰ ਦੇ ਵਿੱਚ ਹੀ ਰਵਾਂਗੇ ਬਚਪਨ ਇੱਥੇ ਬਤੀਤ ਕਰਾਂਗੇ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਜੇ ਬਚਨ ਕਰਦੇ ਨੇ ਕੋਈ ਆਮ ਸਾਡੇ ਵਰਗੇ ਦੁਨਿਆਵੀ ਥੋੜੀ ਸਨ ਆਪ ਰੱਬ ਸਨ ਜਿੱਥੇ ਬਚਨ ਕਰਦੇ ਨੇ ਉੱਥੇ ਅਟਲ ਸੱਚਾਈ ਆ ਪੂਰਾ ਹੋਣਾ ਜੇ ਗੁਰੂ ਨਾਨਕ ਪਾਤਸ਼ਾਹ ਜੀ ਬੁੱਢਣੀ ਸ਼ਾਹ ਦੇ ਨਾਲ ਬਚਨ ਕਰਦੇ ਨੇ ਬੁੱਢਣ ਸ਼ਾਹ ਦਸਵੇਂ ਛੇਵੇਂ ਜਾਮੇ 'ਚ ਆ ਕੇ ਤੇਰੇ ਕੋਲੋਂ ਦੁੱਧ ਪੀਵਾਂਗੇ ਤੁਸੀਂ ਅਨੰਦਪੁਰ ਸਾਹਿਬ ਦੀ ਧਰਤੀ 'ਤੇ ਹਰ ਸਾਲ ਜਾਂਦੇ ਨਾ ਜਿੱਥੇ ਬਾਬਾ ਗੁਰਦਿੱਤਾ ਜੀ ਦਾ ਅਸਥਾਨ ਨਾਲ ਹੀ ਬਾਬਾ ਬੁੱਢਣ ਸ਼ਾਹ ਦਾ ਅਸਥਾਨ ਬਣਿਆ ਹੋਇਆ ਬਾਬਾ ਬੁੱਢਣ ਸ਼ਾਹ ਬੱਕਰੀਆਂ ਚਾਰਦਾ ਸੀ ਉਸ ਅੱਲਾ ਦੀ ਬੰਦਗੀ ਕਰਦਾ ਸੀ ਉਹਦਾ ਸਿਮਰਨ ਕਰਦਾ ਸੀ ਗੁਰੂ ਨਾਨਕ ਪਾਤਸ਼ਾਹ ਜੀ ਉਸ ਅਸਥਾਨ ਦੇ ਉੱਤੇ ਜਦੋਂ ਪਹੁੰਚੇ ਬੁੱਢਣ ਸ਼ਾਹ ਦੇ ਕੋਲ ਕਿਉਂਕਿ ਬੁੱਢਣ ਸ਼ਾਹ ਹੋ ਸਕਦਾ ਗੁਰੂ ਨਾਨਕ ਪਾਤਸ਼ਾਹ ਅੱਲਾ ਨੂੰ ਯਾਦ ਕਰਦਾ ਹੋ ਮੁਸਲਮਾਨਾਂ ਨੇ ਵੀ ਉਹਨਾਂ ਨੂੰ ਆਪਣਾ ਪੀਰ ਮੰਨਿਆ ਦਿਲੋਂ ਹੀ ਯਾਦ ਕੀਤਾ ਬਾਬਾ ਬੁੱਢਣ ਸ਼ਾਹ ਨੇ ਗੁਰੂ ਨਾਨਕ ਪਾਤਸ਼ਾਹ ਜੀ ਪਹੁੰਚ ਗਏ ਨੇ ਬੁੱਢਣ ਸ਼ਾਹ ਨੇ ਗੁਰੂ ਨਾਨਕ ਪਾਤਸ਼ਾਹ ਜੀ ਦੇ ਸਤਿਕਾਰ ਵਜੋਂ ਜਿਹੜਾ ਸ਼ੇਰ ਬੱਕਰੀਆਂ ਚਾਰ ਕੇ ਲਿਆ ਕਰਦਾ ਸੀ ਉਹਨਾਂ ਦਾ ਚੋ ਕੇ ਦੁੱਧ ਦਿੱਤਾ ਛਕੋ
गुरु नानक पातशाह जी कह लगे छेवें जामे च छका बचन करके 886 साल बुढ़न शाह की उम्र हो गई। हुण बंदगी करदा सिमरन करदा याद करदा है अटल सच्चाई आ। तुसीं इतिहास पढ़ लिओ दर्शन कर लिओ उस स्थान दे जाके छेवें जामे दे विच जदों कीरतपुर साहिब दी पावन पवित्र धरती ते गुरु हरगोबिंद साहिब सच्चे पातशाह जी पहुंचे ना ते बाबा बुढ़न शाह दे स्थान दे उत्ते गए। बुढ़न शाह ने जदों दर्शन कीते दर्शन करदा करदा तकदा 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 ही रह गया। कहिंदे एडी वडेरी उम्र दे विच जिहड़े भरवट्टे सन उह जाके जमीन नाल लग रहे सन। बुढ़न शाह ने जदों छेवें पातशाह जी दे दर्शन कीते पातशाह ने दर्शन दारे दिते बचन कीता लियाओ। बुढ़न शाह जी जिहड़ी अमानत रख के गए सी साडी अमानत दो सी छकी है। हुण बुढ़न शाह सियाणा सी हथ जोड़ के कहन लगा पातशाह इदां नहीं जिहड़े जामे दे विच आए सी ना जिहड़े सरूप दे विच आए सी उसे सरूप च जे कितें दर्शन दे दिओ ते मैं भी भागा वाला बन जावांगा। उसे सरूप च आ जाओ ना। कहिंदे छेवें पातशाह जी ने फिर गुरु नानक पातशाह जी का रूप धारण किया सी फिर वह सेवा लई सी बाबा बुढ़न शाह दे कोल। अज साल सराहे जौहरी दे नाल गुरु नानक पातशाह जी ने बचन किया साल सराहे जौहरी तेरा प्यार वेख के इसे ही घर दे विच आवांगे बचन कर दिता। समा अपनी चाले चलिया नवी जोत गुरु नानक पातशाह जी का अवतार धारना होया श्री अमृतसर साहब की पावन पवित्र धरती दे। किन्हां दे ग्रह वेखे बीबी नानकी की पवित्र कुख गुरु हरगोबिंद साहब सच्चे पातशाह जी दे पुत्र बन के आए। पांच पुत्र सन गुरु हरगोबिंद साहब सच्चे पातशाह जी दे ते एक धी सी। सब तो वड्डे सन बाबा गुरुदत्ता जी उन्हां तो छोटे सन बाबा सूरजमल जी उन्हां तो छोटे सन बाबा अनी राय जी उन्हां तो छोटे सन अटल राय जी ते सब तो छोटे सन गुरु तेग बहादुर साहब सच्चे पातशाह जी। उन्हां तो छोटी एक भैण सी बीबी वीरो। गुरु हरगोबिंद साहब सच्चे पातशाह जी ने चरणा ते नमस्कार कीती सी जदों गुरु तेग बहादुर साहब सच्चे पातशाह जी का अवतार धारना होया सी। कई बार तुसीं इह प्रसंग सुनिया भी होगा ज्ञानी तरसेम सिंह जी मोरा वाली इत्थे ना रही अगे चली। गुरु तेग बहादुर साहब सच्चे पातशाह जी 15 साल की एज होई जलंधर दे रहण वाले धन धन माता गुजर कौर जी का आनंद कारज गुरु तेग बहादुर साहब सच्चे पातशाह जी दे नाल होया करतारपुर साहब की धरती। जिस वक्त गुरु तेग बहादुर साहब सच्चे पातशाह जी का आनंद कारज होंदा है कहिंदे उदों गुरु हरगोबिंद साहब सच्चे पातशाह जी का पालिया होया पठान पुत्र पेंदे खान 75,000 फौज लैके चार सवेरे करतारपुर साहब की धरती नूं घेरा पा लैंदा। जदों घेरा पैंदा जंग शुरू हो जाता है माता गुजर कौर जी उस वक्त गुरु तेग बहादुर साहब सच्चे पातशाह जी विआह के लैके आए सन। हुण नवा नवा विआह होया होवे महाराज सच्चे पातशाह जी गुरु हरगोबिंद साहब जी जंग च जान लगे ते माता गुजर कौर ने घोड़े दियां वागां फड़ के ए बचन कर दिता सी पातशाह पुत्र दे हुंदिआं बापू जंग दे मैदान दे विच जावे गल शोभा नहीं खानी गल चंगी नहीं लगदी पहला पुत्र जंग दे मैदान दे विच जावेगा फिर तुसीं जंग दे मैदान दे विच जाओ। कहिंदे गुरु तेग बहादुर साहब सच्चे पातशाह जी नूं जंग दे मैदान दे विच भेजिआ। जंग दे मैदान दे विच जाके गुरु तेग बहादुर साहब सच्चे पातशाह जी ने इहो जिहे खंडे दे जौहर विखाए जदों जंग जितिआ गया ना पेंदे खां गुरदेव पातशाह जी दे कोलों मारिआ गया ते गुरदेव पातशाह जी ने दीवान सजा के करतारपुर साहब की धरती दे उत्ते अपने जरनैलों नूं रुतबे बख्शे ने जिहदे विच गुरु तेग बहादुर साहब सच्चे पातशाह जी नूं रुतबा मिलिआ। तेग बहादुरी का पहला नाम भाई तेग त्यागमल सी रुतबा मिलिया गुरदेव पातशाह जी ने अखां दे विचों नीर है। गुरु हरगोबिंद साहब सच्चे पातशाह जी पुछदे ने ओ भाई तेगिया जदों कोई मैदान दे जंग दे विचों जित के आवे ओ खुशी प्राप्त करदा खुश हुंदा है तुहाडियां अखां दे विच नीर है। गुरु तेग बहादुर साहब सच्चे पातशाह जी कहण लगे वेखो किड्डी उच्ची सोच दे मालक ने अजे गुरु नहीं बने अजे नाम आ भाई तेग त्यागमल रुतबा मिलिया तेग बहादुरी दा। ते गुरु तेग बहादुर साहब सच्चे पातशाह जी कहन लगे पातशाह कईआं मावां दे पुत्त धरती ते वसा दित्ते मैं
कई भैणा दे वीर मैं धरती ते वसा दिते, कई बीबिया के सुहाग मैं धरती ते वसा दिते, ते तुसियां रुतबा मैनू बहादरी दा दिता। की गल ये रुतबा होर किस तरीके दे नाल नहीं मिल सकता। जदों ये गल उच्ची सोच दे मालक गुरु तेग बहादुर साहब सच्चे पातशाह जी ने, गुरु हरगोबिंद साहब सच्चे पातशाह जी ने वचन किया ना, ते महाराज सच्चे पातशाह जी रहमतां दे घर दे विच आण के कहन लगे, पुत्रा अपना सीस कटा के भी ये रुतबा मिल सकता है, सौदा महंगा नहीं। कहिंदे उस दिन प्रण कर लिया सी गुरु तेग बहादुर साहब सच्चे पातशाह जी ने, यह सौदा महंगा नहीं ते यह मैनू प्रवान दे। धन गुरु तेग बहादुर साहब सच्चे पातशाह जी उस दिन तो करतारपुर साहब की धरती तो माता गुजर कौर जी नूं नाल लैके नानकियां दी ढेरी बाबे बकाले दी धरती ते आ गए सन, जिथे आण के उन्होंने बड़ा भारी कठिन तप किया। उस कठिन तप दे प्रथाए उन्हां नूं गुरु का रुतबा हाजिर हासिल होया। जदों गुरु हरकृष्ण साहब सच्चे पातशाह जी सचखंड नूं जाण लगे, ते संगतां ने पुछिया सी हुण जोत कित्थे आ गुरु नानक पातशाह जी दे, उन्हां कहा सी बाबा बसे ग्राम, इशारा हो गया बकाले दी धरती दे उत्ते। फिर आन के भाई मक्खन शाह लबाने ने गुरु नूं प्रगट कीता है, कई बार तुसीं गाथा सुनी, हुण प्रगट कर दिता, हुण नामी जोत गुरु तेग बहादुर साहब सच्चे पातशाह ने। हुण जिहड़ा पहले पहली जोत दे विच बचन कीता सी, उस बचन नूं पगाउण वास्ते गुरु तेग बहादुर साहब सच्चे पातशाह जी बाबे बकाले दी धरती तो तुरे ने, नाल लिया माता गुजर कौर नूं, नाल लिया संगतां नूं, मंजलों मंजली पैंडा तय करदे जा पहुंचे ने त्रिबेणी दी धरती दे उत्ते। गुरु गोबिंद सिंह सच्चे पातशाह जी ने दसवें जम दसम ग्रंथ दे विच हवाला दिता है, मुर पित पूरब की इस प्याना, भांत भांत के तीर्थ नाना, जाबी जा त्रिबेणी पे पुन दान दिन करत बतहे, तही प्रकाश हमारा पयो पटना शहर विखे भव लियो। धन गुरु तेग बहादुर साहब सच्चे पातशाह जी इसे करके ओ त्रिबेणी की धरती दे उत्ते पहुंचे, जिथे गुरु गोबिंद सिंह सच्चे पातशाह जी का माता गुजर कौर के अंदर प्रवेश होना होया। साल सराहे जौहरी के घर के धन धन साहब श्री गुरु गोबिंद सिंह सच्चे पातशाह जी सन 1666 ईस्वी में धन माता गुजर कौर की पवित्र कुख के अवतार धारणा करते हैं। दूर दूर तो आन के संगतां जिवें वधाइयां दिंदियां, दास दी कलम ने लिखण दा जतन कीता, बड़े प्यार नाल सरवण करन दा जतन करो, उन्हां लाइनां नूं ढाडी सिंह क्यों कह रहे हैं।
चढ़िया माता गुजरी जो मिले न बधाइया
ਪਟਨੇ ਚ ਚੰਨ ਚੜਿਆ ਮਾਤਾ ਗੁਜਰੀ ਨੂੰ ਮਿਲਣ ਵਧਾਈਆਂ ਪਟਨੇ ਚ ਚੰਨ ਚੜਿਆ ਮਾਤਾ ਗੁਜਰੀ ਨੂੰ ਮਿਲਣ ਵਧਾਈਆਂ ਬੇਅੰਤ ਸੰਗਤਾਂ ਹਾਜ਼ਰੀਆਂ ਲਵਾ ਰਹੀਆਂ ਨੇ ਇਤਿਹਾਸ ਨੂੰ ਮਾਣ ਕਰਕੇ ਜਾ ਰਹੀਆਂ ਮੈਂ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਜੋਦਰੀ ਕਰਾਂ ਪਾਤਸ਼ਾਹ ਹਰ ਇੱਕ ਦੀ ਮਨ ਦੀ ਭਾਵਨਾਵਾਂ ਪੂਰੀ ਕਰਿਓ ਨਾਮ ਦੀਆਂ ਦਾਤਾਂ ਕਮਾਈਆਂ ਚ ਬਰਕਤਾਂ ਤੰਦਰੁਸਤੀ ਦਾਤਾਂ ਬਖਸ਼ ਕੇ ਨਿਹਾਲ ਕਰੋ ਤੇ ਚੜ੍ਹਦੀ ਕਲਾ ਚ ਰੱਖੋ ਪਟਨੇ ਦੀ ਭਾਵਨ ਪਵਿੱਤਰ ਧਰਤੀ ਹੈ ਸਾਲ ਸਰਾਹੇ ਜੌਹਰੀ ਦਾ ਗ੍ਰਹਿ ਵਾ ਜਿੱਥੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦਾ ਅਵਤਾਰ ਧਾਰਨਾ ਹੁੰਦਾ ਮਾਤਾ ਗੁਜਰ ਕੌਰ ਦੀ ਪਵਿੱਤਰ ਕੁੱਖ ਦੇ ਵਿੱਚੋਂ ਸੰਨ 1666 ਈਸਵੀ ਸਾਢੇ 33 ਸਾਲ ਮਾਤਾ ਗੁਜਰ ਕੌਰ ਜੀ ਦਾ ਵਿਆਹ ਹੋਏ ਨੂੰ ਹੋ ਗਏ ਨੇ ਸਾਢੇ 33 ਸਾਲਾਂ ਬਾਅਦ ਮਾਤਾ ਗੁਜਰ ਕੌਰ ਦੀ ਪਵਿੱਤਰ ਕੁੱਖ ਨੂੰ ਭਾਗ ਲੱਗੇ ਤੁਲਸੀਦਾਸ ਨੇ ਚੰਦ ਛਤਰਾਂ ਲਿਖੀਆਂ ਉਹ ਕਹਿੰਦਾ ਮਾਂ ਪੁੱਤਰ ਪੈਦਾ ਕਰਨਾ ਚਾਹੁੰਦੀ ਕਰ ਪਰ ਇਹੋ ਜਿਹਾ ਪੁੱਤਰ ਨਾ ਪੈਦਾ ਕਰੀ ਜਿਹੜਾ ਤੇਰੀ ਕੁੱਖ ਨੂੰ ਦਾਗ ਲਾ ਦੇਵੇ ਉਹ ਕਹਿੰਦਾ ਜਨਨੀ ਜਨੈ ਤਾਂ ਭਗਤ ਜਨ ਕਹਿ ਦਾਤਾ ਕਹਿ ਸੂਰ ਨਹੀਂ ਤਾਂ ਜਨਨੀ ਬਾਂਝ ਰਹੇ ਕਾਹੇ ਗਵਾਵੇ ਨੂੰ ਮਾਂ ਦਾਨੀ ਜਾਂ ਭਗਤ ਜਾਂ ਸੂਰਮਾ ਪੁੱਤਰ ਪੈਦਾ ਨਹੀਂ ਨਾ ਕਰਨਾ ਚਾਹੁੰਦੀ ਤੇ ਆਵੇ ਆਪਣੀ ਪਵਿੱਤਰ ਕੁੱਖ ਨੂੰ ਦਾਗ ਨਾ ਲਾਏ ਕਿ ਮਾਂ ਦੇ ਹਿੱਸੇ ਦੇ ਵਿੱਚ ਹੈ ਇਹੋ ਜਿਹਾ ਪੁੱਤਰ ਪੈਦਾ ਕਰ ਸਕੇ ਮਾਤਾ ਗੁਜਰ ਕੌਰ ਨੂੰ ਪੜ੍ਹ ਲਓ 26 ਸਾਲ ਫਿਰ ਬਾਅਦ ਵਿੱਚ 33.5 ਸਾਲ ਹੋ ਗਏ ਨੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੀ ਦਾਸੀ ਬਣ ਕੇ ਰਹੇ 24 ਘੰਟਿਆਂ ਦੇ ਵਿੱਚ 24 ਘੰਟੇ ਮੌਜੂਦ ਰਹਿੰਦੇ ਸਨ ਸੇਵਾ ਦੇ ਵਿੱਚ ਕਹਿੰਦੇ ਫਿਰ ਸੇਵਾ ਨੂੰ ਮੇਵਾ ਲੱਗਦਾ ਸੇਵਾ ਜਹੀ ਨਾ ਜੱਗ ਤੇ ਚੀਜ਼ ਕੋਈ ਸੇਵਾ ਤੁਰੰਤ ਰੱਬ ਨਾਲ ਮਿਲਾਵਦੀ ਏ ਕਰੇ ਮੁਸ਼ਕਲਾਂ ਸਾਰੀਆਂ ਹੱਲ ਸੇਵਾ ਸੇਵਾ ਸੂਲੀ ਤੋਂ ਸੂਲ ਬਣਾਵਦੀ ਹੱਥ ਚੰਗੇ ਦਾਨ ਤੇ ਕਰਨ ਸੇਵਾ ਮੈਲ ਜਨਮਾਂ ਜਨਮੰਤਰਾਂ ਦੀ ਲਹਾਵਦੀ ਏ ਆ ਕੰਨ ਚੰਗੇ ਗੁਰਾਂ ਦੀ ਸੁਣਨ ਬਾਣੀ ਬਾਣੀ ਸੱਚ ਦਾ ਮਾਰਗ ਦਿਖਾਵਦੀ ਓ ਚੌਧਰ ਪੁਰੀਆ ਸੇਵਾ ਹੈ ਸਫਲ ਹੁੰਦੀ ਜਿਹੜੀ ਸੱਚੇ ਦਿਲੋਂ ਕੀਤੀ ਜਾਵੇ ਸਬਰ ਦਾ ਮਾਲਕ ਫਲ ਕਹਿੰਦੇ ਬੜਾ ਮਿੱਠਾ ਹੋਇਆ ਕਰਦਾ ਪਟਨੇ ਦੀ ਧਰਤੀ ਦੇ ਉੱਤੇ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦਾ ਜੇ ਅੱਜ ਅਵਤਾਰ ਧਾਰਨਾ ਹੁੰਦਾ ਅਸੀਂ ਇਹ ਪ੍ਰਸੰਗ ਇੱਕ ਕੋਲੋਂ ਨਹੀਂ ਕਈ ਵਾਰ ਅਸੀਂ ਆਪ ਵੀ ਪੜ੍ਹਿਆ ਹੋਵੇਗਾ ਰਾਗੀਆਂ ਢਾਡੀਆਂ ਕੋਲੋਂ ਕਥਾ ਵਾਚਕਾਂ ਕੋਲੋਂ ਅਸੀਂ ਕਈ ਵਾਰ ਸਰਵਣ ਕੀਤਾ ਹੋਵੇਗਾ ਜਦੋਂ ਅਸੀਂ ਸਰਵਣ ਕਰਦੇ ਹਾਂ ਤੇ ਰਾਗੀ ਢਾਡੀ ਕਥਾ ਵਾਚਕ ਸਾਨੂੰ ਦੱਸਦੇ ਨੇ ਕਿ ਗੁਰਦੇਵ ਪਾਤਸ਼ਾਹ ਜੀ ਉਸ ਵਕਤ ਹੇਮਕੁੰਟ ਪਰਬਤ ਦੀਆਂ ਪਹਾੜੀਆਂ ਤੇ ਤਪ ਕਰ ਰਹੇ ਸਨ ਹੁਣ ਤੁਸੀਂ ਸਾਰੇ ਸਰੀਰ ਬੈਠੇ ਹੋਏ ਜੇ ਤੁਹਾਡੇ ਵਿੱਚੋਂ ਮੇਰੇ ਖਿਆਲ ਦੇ ਵਿੱਚ ਕੋਈ ਇਹੋ ਜਿਹਾ ਸਰੀਰ ਨਹੀਂ ਹੋਵੇਗਾ ਜਿਹੜਾ ਉਹ ਅਸਥਾਨ ਦੇ ਦਰਸ਼ਨ ਨਾ ਕਰਕੇ ਆਇਆ ਹੋਵੇ ਜਿੱਥੇ ਗੁਰਦੇਵ ਪਾਤਸ਼ਾਹ ਜੀ ਨੇ ਤਪ ਕੀਤਾ ਹੇਮਕੁੰਟ ਪਰਬਤ ਦੀਆਂ ਪਹਾੜੀਆਂ ਤੁਸੀਂ ਮੇਰੇ ਨਾਲੋਂ ਵਿਦਵਾਨ ਵੀ ਜ਼ਿਆਦਾ ਜੇ ਸਮਝਦਾਰ ਵੀ ਜ਼ਿਆਦਾ ਜੇ ਤੁਸੀਂ ਇਸ ਗੱਲ ਨੂੰ ਵਾਚਣ ਦਾ ਯਤਨ ਕਰੋ ਕਿ ਉਸ ਅਸਥਾਨ ਦੇ ਉੱਤੇ 18-18 ਕੰਬਲ ਲੈ ਕੇ ਦਿਨ ਗੁਜ਼ਾਰਨਾ ਪੈਂਦਾ ਰਾਤ ਗੁਜ਼ਾਰਨਾ ਪੈਂਦੀ ਹੈ ਇੰਨੀ ਠੰਡ ਹੈ ਗੁਰਦੇਵ ਪਾਤਸ਼ਾਹ ਜੀ ਸਿੱਧੇ ਹੀ ਉੱਥੇ ਚਲੇ ਗਏ ਸਨ ਤਪ ਕਰਨ ਵਾਸਤੇ ਇਹ ਗੱਲ ਸੋਚਣੀ ਪਵੇਗੀ ਸਾਨੂੰ ਚਾਰ ਯੁੱਗ ਮੇਰੇ ਗੁਰਦੇਵ ਪਾਤਸ਼ਾਹ ਜੀ ਨੇ ਤਪ ਕੀਤਾ ਉੱਥੇ ਤੇ ਅੱਧਾ ਘੰਟਾ ਨਹੀਂ ਬੰਦਾ ਕੱਢ ਸਕਦਾ ਉੱਥੇ ਹੁਕਮ ਨਹੀਂ ਹੈ ਕਿਸੇ ਨੂੰ ਰਹਿਣ ਦਾ ਉੱਥੇ ਸੇਵਾਦਾਰ ਹੀ ਸਿਰਫ ਰਹਿੰਦੇ ਨੇ ਸੰਗਤ ਦੇ ਸਾਰੇ ਸਰੀਰ ਉੱਪਰੋਂ ਥੱਲੇ ਆ ਜਾਂਦੇ ਨੇ ਗੋਬਿੰਦ ਧਾਮ ਆ ਕੇ ਰਹਿੰਦੇ ਨੇ ਤੁਸੀਂ ਜਾਣਦੇ ਜੇ ਇਸ ਗੱਲ ਨੂੰ ਹੁਣ ਗੁਰਦੇਵ ਪਾਤਸ਼ਾਹ ਜੀ ਨੇ ਉਹ ਹੇਮਕੁੰਟ ਪਰਬਤ ਦੀਆਂ ਪਹਾੜੀਆਂ ਤੇ ਤਪ ਕਰਨਾ ਹੋਵੇ ਤੇ ਉੱਥੇ ਸਿੱਧੇ ਚਲੇ ਗਏ ਹੁਣ ਨਹੀਂ ਜਾ ਸਕਦੇ ਉੱਥੇ ਤਪ ਕਰਨ ਵਾਸਤੇ ਪਹਿਲਾਂ ਵੀ ਉਹਨਾਂ ਨੂੰ ਤਪ ਕਰਨਾ ਪਿਆ ਗੁਰਦੇਵ ਪਾਤਸ਼ਾਹ ਜੀ ਜਦੋਂ ਅੰਤਮੇ ਸਮੇਂ ਦੇ ਵਿੱਚ ਨਦੇੜ ਦੀ ਪਾਵਨ ਪਵਿੱਤਰ ਧਰਤੀ ਤੇ ਗਏ ਨਾ ਤੇ ਗੋਦਾਵਰੀ ਦੇ ਕੰਢੇ ਤੇ ਹੀਰਾ ਘਾਟ ਬਣਿਆ ਹੋਇਆ ਜਿੱਥੇ ਗੁਰਦੇਵ ਪਾਤਸ਼ਾਹ ਜੀ ਨੇ ਜਾ ਕੇ ਆਸਣ ਗ੍ਰਹਿਣ ਕੀਤਾ ਚਰਨ ਪਾਏ ਉਸ ਵਕਤ ਉਸ ਅਸਥਾਨ ਦਾ ਨਾਮ ਬਣਿਆ ਹੋਇਆ ਸੀ ਜਿੱਥੇ ਗੁਰਦੇਵ ਪਾਤਸ਼ਾਹ ਜੀ ਨੇ ਪਹਿਲਾਂ ਤਪ ਕੀਤਾ ਅਫਜਲ ਨਗਰ ਉੱਥੇ ਇੱਕ ਮਸੀਤ ਬਣੀ ਹੋਈ ਸੀ ਗੁਰਦੇਵ ਪਾਤਸ਼ਾਹ ਜੀ ਨੇ ਉੱਥੋਂ ਇੱਕ ਤੀਰ ਮਾਰਿਆ ਸੀ ਜਿਹੜਾ ਉਹ ਮਸੀਤ ਦੇ ਵਿੱਚ ਵੱਜਾ ਮਸੀਤ ਦੀ ਕੰਧ ਪਾਟੀ ਤਹਿਲਕਾ ਮੱਚ ਗਈ ਕਾਜੀ ਮੁੱਲਾ ਇਕੱਠੇ ਹੋ ਕੇ ਗੁਰਦੇਵ ਪਾਤਸ਼ਾਹ ਜੀ ਦੇ ਕੋਲ ਆ ਗਏ ਕਹਿੰਦੇ ਇਹ ਗੱਲ ਬਹਾਦਰ ਸ਼ਾਹ ਤੱਕ ਪਹੁੰਚ ਗਈ ਵੀ ਇਹਨਾਂ ਸਾਡੀ ਮਸੀਤ ਢਾ ਦਿੱਤੀ ਬਹਾਦਰ ਸ਼ਾਹ ਨੇ ਵਿੱਚ ਪੈ ਕੇ ਫੈਸਲਾ ਕੀਤਾ ਗੁਰਦੇਵ ਪਾਤਸ਼ਾਹ ਜੀ ਕਹਿੰਦੇ ਸੀ ਇਹ ਸਾਡਾ ਪਿਛਲੇ ਜਨਮ ਦਾ ਤਪ ਹੈ
चार युग तो पहला का तप की गल की कहिंदे बहादुर शाह नूं हुकम कीता गुरदेव पातशाह जी ने इत्थे जिहड़ी मसीत बनी हुई है इहनूं ढा के वेखो इहनूं खोद के वेखो साडियां निशानियां निकलणगियां जे ना निशानियां निकलणगियां तां असीं दुबारा बना के देवांगे नहीं तां दूसरे थां ते बणाउणी पवेगी। कहिंदे मसीत नूं ढाया गया उत्थों जदों ढाया गया गुरदेव पातशाह जी दीआं पिछले जन्म दीआं हेमकुंट तों पहला जिहड़ा तप कीता ਉਹ ਕੀਤਾ ਸੀ ਨਦੇੜ ਦੀ ਪਾਵਨ ਪਵਿੱਤਰ ਧਰਤੀ ਦੇ ਉੱਤੇ ਜਿੱਥੇ ਅੱਜ ਗੁਰਦੁਆਰਾ ਨਦੇੜ ਸਾਹਿਬ ਸੱਚਖੰਡ ਹੈ ਉੱਥੋਂ ਨਿਸ਼ਾਨੀਆਂ ਨਿਕਲੀਆਂ ਤੁਸੀਂ ਉੱਥੇ ਵੀ ਦਰਸ਼ਨ ਕਰਨ ਵਾਸਤੇ ਗਏ ਹੋਗੇ। ਅੱਜ ਉਹ ਮਸੀਤ ਦੂਸਰੇ ਥਾਂ ਤੇ ਬਣੀ ਹੋਈ ਆ ਉੱਥੇ ਸੱਚਖੰਡ ਨਦੇੜ ਸਾਹਿਬ ਗੁਰਦੁਆਰਾ ਸਾਹਿਬ ਬਣਿਆ ਹੋਇਆ। ਇੱਥੇ ਨੌ ਮੁਨੀਆਂ ਨੇ ਤਪ ਕੀਤਾ ਸੀ ਜਿਹੜੀ ਗੋਦਾਵਰੀ ਦਾ ਕੰਢਾ ਹੈ ਇਸ ਸ਼ਹਿਰ ਦਾ ਨਾਮ ਸੀ ਨੌ ਆਨੰਦ ਅੱਜ ਨਦੇੜ ਸਾਹਿਬ ਹੈ ਬਦਲ ਕੇ ਨਾਮ ਰੱਖਿਆ ਗਿਆ ਨਦੇੜ ਸਾਹਿਬ। नौ ऋषियां दे गोद दे विचों निकली हुई वह गोदावरी वगदी है जिथों का जल लैके जिथे गुरदेव पातशाह जी ने भी तप किया अज सचखंड नदेड़ साहब नूं अद्धी रात तो बाद इशनान कराउण वास्ते सुचा करन वास्ते वह नौ मुनिया के तप के जल का जल नूं खड़ के ते सारे नूं सुचा किया जाता है जिथे गोदावरी के कंढे दे उत्ते बैठ के गुरदेव पातशाह जी ने पिछले जन्म च भी तप किया। क्यों तप किया मैं बार बार बेनती करया करदा संगत जी गुरु घर दे विच आओ जिथे रागी ढाडी प्रचारक इतिहास सरवण कराउंदे ने ना पता नहीं केड़ी गल मन नूं टुंब जाणी आ ते जीवन बदल जा करदे ने। इतिहास नूं पढ़ के वेखो दसम दे विच मेरे गुरदेव पातशाह जी ने लिखिया कि साडा पहला जन्म राजिआं दे घर दे विच सी जदों राजिआं दे घर दे विच दरबार लग्या करदे सन कथा वाचकां नूं सद्या जांदा सी वेदां नूं पढ़िया जांदा सी पहलां वेद होया करदे सन आ गुरु ग्रंथ साहिब सच्चे पातशाह जी ते हुण साढ़े 500 सालां दी गल है सानूं गुरु नानक पातशाह जी ने बाणी उच्चारण करके दित्ती उस तों पहलां वेदां दी कथा होया करदी सी बड़ी लंबी चौड़ी गाथा इत्थे लव कशु दी वी गल आउंदी है जिन्हां ने आपोचों दी बाद विच इहनां दा जंग होया जिन्हां दे विचों इक भरा दा एक भरा दे विचों जिहड़ी आउण वाली पीढ़ी सी उह हार गई जदों हार गई उहनां ने जाके फिर आ हरिद्वार दे जाके उत्थों शास्त्र विद्या हासिल कीती जदों शास्त्र विद्या हासिल कीती उहनां नूं उहनां ने शस्त्रां दे नाल कढ़िया सी उहनां ने फिर शास्त्रां दे नाल फिर उहनां नूं जित लिया जिहड़ा लाहौर ते कसूर वसिया इह श्री रामचंद्र दी कुल दे विचों सन उहनां दे पुत्तर सन दो शहर जिन्हां ने वसाए कहिंदे तलवार नालों कलम जिहड़ी ज्यादा ताकतवर होया करदी है। इह गल नोट करनी पवेगी अज तक साडे ते जे कोई राज हो रहा ना मौके दी गवर्नमेंट राज कर रही है इह तलवार दे नाल नहीं हथियार दे नाल नहीं कलम दे नाल साडे ते राज कीता जा रहा है इह गल नूं सोचना पवेगा। अज साडे नौजवान बाहर दे देशां दे विच असीं बच्चियां नूं घला दित्ता जिन्हां ने इत्थे पढ़ना सी IPS ऑफिसर बनना सी कोई जज बनना सी अज ते असीं बच्चे घला दित्ते सारे बाहर दे देश राज कित्थों मिलेगा हुण चिट्टियां दाड़ियां ने राज थोड़ी कर लेना गुरु कृपा करे धन गुरु गोबिंद सिंह सच्चे पातशाह जी राजे सन जिस दिन वेदां दी कथा सुनी इत्थे भी कई किंतु परंतु करन लग पैणगे उन्होंने वेदां दी कथा सुनी वेदां दे विच उन्होंने पढ़िया तपो राज ते राजो नरक इसे करके मैं बेनती करिया करदा ना कि गुरु घर आओ पता नहीं कथा दे विचों केड़ी गल मन नूं टुब जाणी है जदों गुरदेव पातशाह जी ने वेद पढ़े ते वेदां दे विच आया तपो राज जे राज मिल गया ते राजो नरक तपो राज राजो नरक मन नूं गल टुंब गई भी जे राज करके फिर मुड़ के नरक मिलने ने ते इहदे नूं चंगा नहीं फिर तप करिए। पढ़ के वेखो भाई गुरदास जी ने वार लिखी आ जिन्हें राज कीता सी 10,000 ध्रुव ने ध्रुव दी वार लिखी है ਉਹ ਮਾਂ ਨੂੰ ਜਾ ਕੇ ਪੁੱਛਦਾ ਮਾਂ ਕਿਸ ਉਦਮ ਤੇ ਰਾਜ ਮਿਲੇ ਸ਼ਤਰੂ ਤੇ ਸਭ ਹੋਵਣ ਮੀਤਾ ਵੀ ਕਿਹੜਾ ਮੈਂ ਉਪਰਾਲਾ ਕਰਾਂ ਜਿਹੜੇ ਮੇਰੇ ਸ਼ਤਰੂ ਨੇ ਉਹ ਮਿੱਤਰ ਬਣ ਜਾਣ ਦੁਸ਼ਮਣ ਜਿਹੜੇ ਉਹ ਮਿੱਤਰ ਬਣ ਜਾਣ ਤੇ ਮਾਂ ਨੇ ਪਤਾ ਕੀ ਕਿਹਾ ਸੀ ਮਾਂ ਕਹਿੰਦੀ ਪਰਮੇਸ਼ਰ ਅਰਾਧੀਏ ਜਿੱਥੋਂ ਹੋਈ ਹੈ ਪਤਤ ਪਨੀਤਾ ਜੇ ਤੇ ਜੰਗ ਲੜ ਕੇ ਕਿਸੇ ਦੇ ਕੋਲੋਂ ਰਾਜ ਲਿਆ ਜਾਵੇ ਤੇ ਉਹ ਸਾਡੇ ਦੁਸ਼ਮਣ ਬਣ ਜਾਣ ते जे बंदगी करके राज कीता जावे एवें नहीं सी ध्रुव ने 10,000 वर्ष राज कीता उन्हें बंदगी करके राज लिया
गुरु कृपा करे गुरु गोबिंद सिंह सच्चे पातशाह जिस दिन ये गल नूं पढ़दे ने ना तपो राज ते राजो नरक उस दिन राज छड्ड दित्ता ते जाके जिथे नौ मुनियां ने तप कीता सी उत्थे जाके गुरदेव पातशाह जी ने नदेड़ दी धरती ते तप कीता। मैं नहीं कह रहा, दसवें गुरु गोबिंद सिंह सच्चे पातशाह जी अपनी गाथा आप लिख रहे ने, पढ़ के वेख्यो। जदों मेरे गुरदेव पातशाह जी ने दसम ग्रंथ लिखिया ते सारे ऋषि मुनियां दी कथा लिखी, दसम ग्रंथ दे विच सारे ऋषियां मुनियां दा चिट्ठा खोल के रख दिता है, जो जो उन्हां ऋषि मुनियां ने कीता तप करके भी बंदगी करके भी, पढ़ के तुसीं वेख लिओ, तुसीं सारे सियाणे बैठे जे, इसे करके जदों चिट्ठा खोलिया उहदे उत्ते किंतु परंतु कीता जांदा कि उहदे च कुछ इदां दी शब्दावली वरती गई है, तां ही नहीं उहनां नूं पढ़िया जांदा ना, किंतु परंतु करदे ने साडे सिख। उस तो बाद विच मेरे गुरदेव पातशाह जी ने अपनी गाथा लिखी है, उहदे च लिखिया अब मैं अपनी कथा बखानूं, जिथे सारिया कथावां मुक जांदियां ने उस तो बाद अब दा भाव आ के हुण मैं, अब तो भाव आ के मैं, जिथे सारिया गाथां मुक जांदियां उस तो बाद गुरदेव पातशाह जी ने लिखिया अब मैं अपनी कथा बखानू तप साधत जे बिद मोहयानू, किवें बिद बणी ओ हेमकुंट पर्बत दीआं पहाड़ियां ते जाण दी। अब मैं अपनी कथा बखानू तप साधत जे बिद मोहयानू, हेमकुंट पर्वत है जहां सप्त सुरंग सोबत है तहां, सप्त सुरंग तह नाम कहावा पंड राज जा जोग कमावा। जिथे पांडवों के वड वडेरिया ने उथे जाके जोग तप किया सी ना, तै हम अधिक तपस्या साधी महाकाल अकाल का अराधी। महाकाल ते भी काल नूं काल करन वाला जिहड़ा दुनिया नूं खड़न वाला, उहदे भी काल दी असी आराधना कीती, ओ हेमकुंट पर्वत दीआं पहाड़ियां ते गुरदेव पातशाह जी इह गाथा अपनी आप लिख रहे। महाकाल काल का आराधी कहिंदे इह बिद करत तपस्या प्यो द्वै ते एक रूप होए गयो। कहिंदे एडा भारी कठिन तप कीता असी दोहां तों एक रूप हो गए, द्वै ते एक रूप होए गयो। तात मात मोरे अलख अराधा, बहु बिद जोग साधना साधा, साडे माता पिता ने कड़ी घट कीती उहनां बारे भी लिखदे ने। तात मात मोरे अलख अराधा, बहु बिद जोग साधना साधा, तिन जो करी अलख की सेवा तांते पए प्रसन्न गुरुदेव। तिन प्रभ जब आए समोदिया, फिर अकाल पुरख परमात्मा वल्लों हुकम होया तब हम जन्म कलू मैं लिया, चेतना प्यो हमरो आमन का चुभी रही सुरत प्रभ चरणन में, ज्यो तो प्रभ हमको समझायो इम कह के ए लोक बिठायो, मैं अपना सुत पुत्र कहिंदे ने तोहे नवाजा, पंथ प्रचर कर बै को साजा। अकाल पुरख परमात्मा ने हुक्म किया, पहला भी ताडे तो बड़े बड़े महारथी गए ने, उन्होंने अपना इनाम जपाया, हुण तुसीं कादा प्रचार करना, पंथ का प्रचार करने वास्ते तुहानू साज के अपना पुत्र बना के मैं संसार च भेज रहा। जो महाराज सच्चे पातशाह जी ने समझाने का यतन किया ना अकाल पुरख परमात्मा वालों, कहते ठांड प्यो मैं जोर बचन कहा सिर न्याय, पंथ चले तब जग जगत मैं जब तुम करो सहाय। वाहेगुरु परमात्मा जे तुसीं सहायता कर दे जी ते पंथ जरूर चलेगा। हुक्म पा के मेरे गुरुदेव पातशाह जी ओ हेमकुंट पर्वत दीआं पहाड़ियां तो तप करते हुए, फिर हुक्म अनुसार माता गुजर कौर की पवित्र कुख दे विचों अवतार धारना करते हैं पटना शहर की पावन पवित्र धरती, जिथे गुरु नानक पातशाह जी ने कदे साल सराहे जहोरी दे नाल बचन कर दिता। अज उसे घर दे विच अवतार धारना होया। हुण उस समय के हालातों नूं वेख के दादी नानकी ने गुरु तेग बहादुर साहब सच्चे पातशाह जी शाम की धरती के उत्ते गए हुए ने राजे राम राय के कार्ज नूं सिद्ध करन वास्ते। दादी नानकी ने समय के हालातों को वेख के एक चिट्ठी लिखाई है, ज्यों जिवें गुरदेव पातशाह जी का अवतार धारना होया कि तुहाडे घर दे विच पुत्र ने जन्म लिया, वह चिट्ठी के उत्ते की लिखिया दास की कलम ने लिखण का यतन किया, बड़े प्यार ते सत्कार दे नाल सरवण करो उहदे उत्ते की लिखिया, उन्हां लाइनां नूं मेरे ढाडी सिंह इउं कहिंदे Thank you.
सोना जिया लाल आया मान पाया
पातशाह नवे पातशाह नवे पातशाह पचाण का हुक्म लाया धन गुरु गोबिंद सिंह सच्चे पातशाह जी का जो अवतार धारना होया मुखड़े दे उते चंद्रमे वर्गा प्रकाश जिस अंदर दे विच प्रकाश होया उते अठ वटियां कहिंदे दीवा बल रहा सी उहदा प्रकाश मध्यम पै गया सारे घर दे विच सुगंधियां फैल गई दादी नानकी ने समय के हालातों नूं वेख के गुरु तेग बहादुर साहब सच्चे पातशाह जी नूं अपने पुत्र नूं इक चिट्ठी लिखी ਉਹ ਚਿੱਠੀ ਦੇ ਵਿੱਚ ਦਾਸ ਨੇ ਲਿਖਣ ਦਾ ਯਤਨ ਕੀਤਾ ਚਿੱਠੀ ਲਿਖੀ ਨਾਵੇਂ ਗੁਰੂ ਨੂੰ ਮਾਤਾ ਨਾਨਕੀ ਨੇ ਤੁਹਾਡੇ ਘਰ ਦੇ ਵਿੱਚ ਸੋਹਣਾ ਜਿਹਾ ਲਾਲ ਆਇਆ ਘਰ ਆਸਾਂ ਦੇ ਸੁਗੰਧੀਆਂ ਫੈਲ ਗਈਆਂ ਦਾਦੀ ਹੋਣ ਦਾ ਮਾਂ ਨੇ ਰੁਤਬਾ ਪਾਇਆ ਅੰਬਰੋਂ ਦੇਵੀ ਦੇਵਤੇ ਫੁੱਲ ਬਰਸਾਉਣ ਲੱਗੇ।